ਸਟਾਰ ਰਾਜਨੀਤੀ ਦੇ ਰੰਗ ਛੋਟੇ ਹੁੰਦੇ ਸਾਂ ਪਿੰਡਾਂ ਵਿੱਚ ਕਦੇ ਪਾਰਟੀ ਸ਼ਬਦ ਨਹੀਂ ਸੀ ਸੁਣਿਆ ਡੈਂਡੀ ਇਕੱਠੇ ਰਹਿੰਦੇ ਸੀ ਪੰਚਾਂ ਸਰਪੰਚ ਨੂੰ ਪਿਆਰ ਤੇ ਆਦਰ ਸਤਕਾਰ ਨਾਲ ਚਾਚਾ ਤਾਇਆ ਜੀ ਬੋਲਦੇ ਹੁੰਦੇ ਸਾਂ ਡੈਂਡੀ ਵੱਡੇ ਹੋਏ ਹਾਂ ਤਾਂ अनेਕਾਂ ਪਾਰਟੀਆਂ ਸਾਹਮਣੇ ਆ ਖਲੋਤੀਆਂ ਜਿਨ੍ਹਾਂ ਦੀ ਰਾਜਨੀਤੀ ਰੰਗਤ ਵਿੱਚ ਉਹੀ ਚਾਚੇ ਤਾਈ ਆਪਣੀਆਂ ਪਾਰਟੀਆਂ ਦੀ ਵੱਖ-ਵੱਖ ਬੋਲੀ ਬੋਲ ਕੇ ਸਾਡੇ ਪਿੰਡੂ ਜੀਵਨ ਵਿੱਚ ਘਰੇਣਾ ਦੁਸ਼ਮਣੀ ਪੈਦਾ ਕਰ ਚੁੱਕੇ ਹਨ ਡੈਂਡੀ ਪੈੰਡ ਦੀਆਂ ਗਲੀਆਂ ਤੇ ਗੰਦੇ ਛੱਪੜ ਉਹੀ ਪੁਰਾਣੇ ਹਨ ਜੋ ਗੰਦੀ ਰਾਜਨੀਤੀ ਝਗੜਿਆਂ ਦੇ ਪੱਖੋਂ ਵਕਾਸ ਤੋਂ ਵਾਂਝੇ ਪਏ ਹਨ ਡੰਡੀ ਸੌਕ ਫੀਸ ਦੀ ਰਾਜਨੀਤੀ ਚਮਚਿਆਂ ਦੇ ਨਾਲ ਹੀ ਹਰੇਕ ਪਾਰਟੀ ਚੱਲ ਰਹੀ ਹੈ ਡੈਂਡੀ 90 ਫੀਸਦੀ ਤੋਂ ਵਾਦਾ ਲੋਕਾਂ ਤਾਂ 5 ਸਾਲ ਮਹਿੰਗਾਈ ਭ੍ਰਿਸ਼ਟਾਚਾਰ ਤੇ ਗੰਦੀ ਰਾਜਨੀਤੀ ਵੇਖਦੇ ਹੋਏ ਪੰਜਾਂ ਸਰਪੰਚਾਂ ਨੇਤਾਵਾਂ ਮੰਤਰੀਆਂ ਜਾਂ ਪ੍ਰਧਾਨ ਮੰਤਰੀ ਤੱਕ ਰੋਜ਼ਾਨਾ ਗਾਲੀ ਗਲੋਚ ਕੱਢਦੇ ਸੁਣਾਈ ਦਿੰਦੇ ਹਨ ਡੈਂਡੀ ਚੋਣਾਂ ਵਾਲੇ ਦਿਨ ਪਤਾ ਨਹੀਂ ਹਰੇਕ ਵੋਟਰ ਦੀ ਬੁੱਧੀ ਕਿਵੇਂ ਫੇਲ ਹੋ ਜਾਂਦੀ ਹੈ ਜਾਂ ਮਸ਼ੀਨਾ ਵਿੱਚ ਹੇਰ ਫੇਰ ਹੋ ਜਾਂਦੀ ਹੈ ਕਿ ਗਾਲਾਂ ਖਾਣ ਵਾਲੇ ਪੰਚ ਸਰਪੰਚ ਨੇਤਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਮੜ 5 ਸਾਲ ਲਈ ਆਕੜ ਕੇ কুরਸੀਆਂ ਤੇ ਵਿਰਾਜਮਾਨ ਹੋ ਜਾਂਦੇ ਹਨ ਅਤੇ ਸਿਆਣੇ ਲੋਕਾ ਰਾਜਨੀਤੀ ਦੇ ਰੰਗ ਵੇਖਦੇ ਹੱਕੇ ਬੱਕੇ ਰਹਿ ਜਾਂਦੇ ਹਨ ਡੈਂਡੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਲੋਕਾ ਅੱਜ ਦੇ ਇਸ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਵਾਧ ਰੇਂਗਾ ਪੈਟਰੋਲ ਡੀਜ਼ਲ ਦੀਆਂ ਵਾਧ ਦੀਆਂ ਕੀਮਤਾਂ ਨੇ ਇੱਕ ਤਰ੍ਹਾਂ ਨਾਲ ਦੇਸ਼ ਦੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਦੰਦੀ ਅੰਤਰ ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਨਰਮ ਹੋਣ ਦੇ ਬਾਵਜੂਦ ਘਰੇਲੂ ਪੱਦਰ ਤੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਅਦਾ ਕੀਤਾ ਜਾ ਰਿਹਾ ਹੈ। ਡੰਡੀ ਕੇਂਦਰੀ ਸਰਕਾਰ ਦੀ ਵਿੱਤ ਮੰਤਰੀ ਨੇ ਇਸ ਨੂੰ ਇੱਕ ਗੰਭੀਰ ਮੁੱਦਾ ਕਹਿ ਕੇ ਟਾਲ ਦਿੱਤਾ ਅਤੇ ਕੀਮਤਾਂ ਵਿੱਚ ਕਮੀ ਤੋਂ ਇਲਾਵਾ ਕੋਈ ਵੀ ਜਵਾਬ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਦਾ ਜੋ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾਉਂਦਾ ਹੈ ਡੰਡੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵੱਧਦੀਆਂ ਕੀਮਤਾਂ ਕਾਰਨ ਮੱਧ ਵਰਗ ਦੇ ਲੋਕ ਹਾਲੋਂ ਬਿਹਾਲ ਹੋ ਰਹੇ ਹਨ ਤੇ ਖੁਦ ਨੂੰ ਇਸ ਸਮੇਂ ਬੁਰੀ ਤਰ੍ਹਾਂ ਨਪੀੜਿਆ ਮਹਿਸੂਸ ਕਰ ਰਹੇ ਹਨ ਡੰਡੀ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਕੋਵਿਡ 19 ਮਹਾਮਾਰੀ ਦੇ ਚੱਲਦਿਆਂ ਤਾਲਾਬੰਦੀ ਦੌਰਾਨ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਕੇ ਪੰਜਾਬ ਸਿੱਖਿਆ ਪੱਧਰ ਨੂੰ ਡਿੱਗਣ ਤੋਂ ਬਚਾ ਲਿਆ ਡੰਡੀ ਸਰਕਾਰੀ ਸਕੂਲਾਂ ਵਿੱਚ ਪੜਦੇ ਪ੍ਰੀ ਪ੍ਰਾਇਮਰੀ ਜਮਾਤਾਂ ਤੋਂ ਲੈ ਕੇ 12ਵੀਂ ਪੱਧਰ ਤੱਕ ਦੇ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦੀਆਂ ਵੱਖ-ਵੱਖ ਵਿਧੀਆਂ ਅਪਣਾ ਕੇ ਸਿੱਖਿਆ ਦਾ ਮਿਆਰ ਉੱਚਾ ਰੱਖਿਆ ਟੈੰਡੀ ਦੂਰਦਰਸ਼ਨ ਦੇ ਮਾਧਿਅਮਾ ਜ਼ੂਮ ਐਪ ਰਾਹੀਂ WhatsApp ਆਦਿ ਰਾਹੀਂ ਵੱਖ-ਵੱਖ ਸਾਧਨਾ ਨਾਲ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੇ ਆਨਲਾਈਨ ਸਿੱਖਿਆ ਦੇ ਸਾਰੇ ਦਾ ਸਾਰਾ ਸਿਲੇਬਸ ਸਮੇਂ ਸਿਰ ਪੂਰਾ ਕਰਵਾ ਕੇ ਬਹੁਤ ਹੀ ਪੜ੍ਹਾਈ ਦਾ ਕੰਮ ਕੀਤਾ ਹੈ ਡੰਡੀ ਹਫ਼ਤਾਵਾਰੀ Google ਲਿੰਕ ਦੇ ਕੇ ਵਿਦਿਆਰਥੀਆਂ ਦਾ ਮੁਲਾਂਕਣ ਵੀ ਸਮੇਂ ਸਮੇਂ ਕੀਤਾ ਡੰਡੀ ਵਾਕਈ ਸਿੱਖਿਆ ਵਿਭਾਗ ਦੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੀ ਵਿਦਿਆਰਥੀਆਂ ਨੂੰ ਇਸ ਮਹਾਮਾਰੀ ਦੌਰਾਨ ਤਾਲਾਬੰਦੀ ਵਿੱਚ ਆਨਲਾਈਨ ਸਿੱਖਿਆ ਇੱਕ ਵੱਡਮੁੱਲੀ ਦਾਤ ਰਹੀ ਹੈ ਡੰਡੀ ਪਿਛਲੇ ਦਿਨੀ ਸੰਪਾਦਕੀ ਦੇ ਪੰਨੇ ਤੇ ਲਿਖੇ ਲੇਖ ਸਰਕਾਰ ਦਾ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਵੱਧਦਾ ਟਕਰਾ ਵਿੱਚ ਲੇਖਕ ਪ੍ਰੋਫੈਸਰ ਕੁਲਬੀਰ ਸਿੰਘ ਨੇ ਬੜੇ ਸੁਚੱਜੇ ਵਿਚਾਰ ਪੇਸ਼ ਕੀਤੇ ਸਨ ਡੈਂਡੀ ਜੋ ਕਿ ਸਮਾਜ ਵਿੱਚ ਸੋਸ਼ਲ ਮੀਡੀਆ ਜਾਣਕਾਰੀ ਦਾ ਮੌਕਾ ਸਰੋਤ ਬਣ ਕੇ ਉੱਭਰ ਰਿਹਾ ਹੈ ਅਤੇ ਫੇਸਬੁੱਕ ਟਵਿੱਟਰ ਇੰਸਟਾਗ੍ਰam ਰਾਹੀਂ ਲੋਕ ਆਪਣੇ ਵਿਚਾਰ ਸੋਚ رائے ਆਦ ਦਾ ਪ੍ਰਗਟਾਵਾ ਕਰਦੇ ਹਨ ਪਰ ਸਰਕਾਰ ਨੂੰ ਜੋ ਜਾਣਕਾਰੀ ਆਪਣੇ ਵਿਰੋਧ ਵਿੱਚ ਜਾਪਦੀ ਹੈ ਉਸ ਨੂੰ ਫੇਕ ਨਿਊਜ਼ ਜਾਂ ਝੂਠੀ ਖਬਰ ਆਖ ਇੰਟਰਨੈਟ ਤੋਂ ਹਟਵਾ ਦਿੱਤਾ ਜਾਂਦਾ ਹੈ ਡੈਂਡੀ ਇਹ ਸਭ ਲੋਕਾਂ ਆਵਾਜ਼ ਨੂੰ ਦਬਾਉਣ ਦੀਆਂ ਕੋਝੀਆਂ ਚਾਲਾਂ ਹਨ ਡੈਂਡੀ ਚੰਗੇ ਸਮਾਜ ਦੀ ਸਿਰਜਣਾ ਲਈ ਨਾਗਰਿਕਾਂ ਨੂੰ ਵਿਚਾਰ ਵਟਾਂਦਰੇ ਦੀ ਖੋਲ ਹੋਣੀ ਚਾਹੀਦੀ ਹੈ ਡੰਡੀ ਜੇਕਰ ਕੋਈ ਵਿਰੋਧ ਵਿੱਚ ਬੋਲੇਗਾ ਤਦ ਹੀ ਸੁਧਾਰ ਹੋਵੇਗਾ ਡੰਡੀ ਨਾਰੀ ਸੰਸਾਰ ਅੰਕ ਵਿੱਚ ਗੁਰਜੋਤ ਕੌਰ ਦਾ ਲੇਖ ਮਾਂ ਬੋਲੀ ਪ੍ਰਤੀ ਮਾਵਾਂ ਦੀ ਜ਼ਿੰਮੇਵਾਰੀ ਪੜਿਆ ਬਹੁਤ ਹੀ ਸਲਾਉਣਯੋਗ ਸੀ ਡੈਂਡੀ ਮਾਂ ਬੋਲੀ ਸਾਡੀ ਪਰਸ਼ਾਨ ਤੇ ਹੋਂਦ ਦੀ ਜਾਮਣ ਹੈ ਡੈਂਡੀ ਇਸ ਕਰਕੇ ਅਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਾਂ ਡੈਂਡੀ ਮਨੋਖ ਨੇ ਕਿਵੇਂ ਤੇ ਕਦੋਂ ਬੋਲਣਾ ਸਿੱਖਿਆ ਇਹ ਬੜੀ ਦਿਲਚਸਪੀ ਕਹਾਣੀ ਹੈ ਡੈਂਡੀ ਬੱਚਾ ਆਪਣੀ ਮਾਂ ਦੀ ਕੱਖ ਵਿੱਚ ਹੀ ਸਿੱਖਦਾ ਹੈ ਡੈਂਡੀ ਬੱਚਾ ਜਨਮ ਤੋਂ ਬਾਅਦ ਮਾਂ ਦੀ ਨਕਲ ਕਰਦਾ ਹੈ ਡੈਂਡੀ ਬੱਚੇ ਦੇ ਵਿਕਾਸ ਵਿੱਚ ਜਿੰਨੀ ਭੂਮਿਕਾ ਮਾਂ ਦੀ ਹੁੰਦੀ ਹੈ ਵਿਅਕਤੀ ਦੇ ਵਿਕਾਸ ਵਿੱਚ ਉਨਾ ਹੀ ਰੋਲ ਮਾਂ ਅਦਾ ਕਰਦੀ ਹੈ ਡੈਂਡੀ मां बोली ਦਾ ਕਰਜ਼ਾ ਮਨੁੱਖ ਦੇ ਸਿਰ ਤੇ मां ਦੇ ਦੁੱਧ ਨਾਲ ਚੜਦਾ ਹੈ ਡੰਡੀ ਅੱਜ मां ਬੋਲੀ ਨੂੰ ਬਚਾਉਣ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀਆਂ ਸਤਕਾਰਯੋਗ ਮਾਵਾਂ ਸਿਰ ਹੈ ਡੰਡੀ ਜੇ ਬੱਚਾ ਆਪਣੀ मां ਬੋਲੀ ਵਿੱਚ ਗੱਲ ਕਰੇਗਾ ਤਾਂ ਦੁਨੀਆ ਦੀ ਕੋਈ ਵੀ मां ਬੋਲੀ ਨਹੀਂ ਮਰ ਸਕੇਗੀ ਡੰਡੀ ਸਟਾਰ ਕੌਮੀ ਪਾਰਟੀ ਕਾਂਗਰਸ ਅੰਦਰ ਚਿਰਾਂ ਤੋਂ ਧੋਖ ਰਿਹਾ ਕਲੇਸ਼ ਜਗ ਜਾਹਿਰ ਹੋਣ ਲੱਗਾ ਹੈ ਡੈਂਡੀ ਉਠਦਾ ਧੂਆਂ ਤਾਂ ਹਰ ਕੋਈ ਦੇਖਦਾ ਰਿਹਾ ਹੈ ਪਰ ਹੁਣ ਇਹ ਬਲਣ ਦੇ ਪੜਾਤੇ ਪੁੱਜ ਗਿਆ ਲੱਗਦਾ ਹੈ ਡੈਂਡੀ ਪਿਛਲੇ ਸਾਲ ਅਗਸਤ ਦੇ ਮਹੀਨੇ ਵਿੱਚ ਕਾਂਗਰਸ ਦੇ 23 ਪਰ ਮੋਖਾ ਆਗੂਆਂ ਨੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਉਹਨਾਂ ਨੇ ਕਾਂਗਰਸ ਵਿੱਚ ਲਗਾਤਾਰ ਆ ਰਹੇ ਨਿਗਾਰ ਦੀ ਗੱਲ ਕੀਤੀ ਸੀ ਡੈਂਡੀ ਇਸ ਦੇ ਨਾਲ ਹੀ ਉਹਨਾਂ ਨੇ ਪਾਰਟੀ ਅੰਦਰ ਆਪਾ ਪੜਚੋਲ ਕਰਨ ਲਈ ਵੀ ਕਿਹਾ ਸੀ ਡੈਂਡੀ ਕਾਂਗਰਸ ਕਾਰਜਕਾਰਨੀ ਦੀਆਂ ਚੋਣਾਂ ਮੋੜ ਕਰਵਾਉਣ ਦੀ ਅਪੀਲ ਵੀ ਕੀਤੀ ਸੀ ਡੈਂਡੀ ਕਾਰਜਕਾਰਨੀ ਬਾਰੇ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਇਸ ਦੇ ਮੈਂਬਰ ਚਉਣਾ ਰਹੇ ਨਹੀਂ ਚੁਣੇ ਜਾਂਦੇ ਸਗੋਂ ਇੱਕ ਤਰ੍ਹਾਂ ਨਾਲ ਉਹਨਾਂ ਦੀ ਨਾਮਜ਼ਦਗੀ ਹੀ ਹੁੰਦੀ ਹੈ ਡੈਂਡੀ ਬਹੁਤ ਸਾਰੇ ਮੈਂਬਰ ਕਾਂਗਰਸ ਕਾਰਜਕਾਰੀ ਵਿੱਚ ਅਜਿਹੇ ਹੁੰਦੇ ਹਨ ਜੋ ਵੱਡੇ ਪਾਰਟੀ ਆਗੂਆਂ ਦੇ ਹੀ ਜੀ ਹਜ਼ੂਰੀਏ ਹੀ ਬਣੇ ਰਹਿੰਦੇ ਹਨ ਡੈਂਡੀ ਸਾਲ 2014 ਵਿੱਚ ਨਰਿੰਦਰ ਮੋਦੀ ਦੀ ਹਕੂਮਤਾ ਸੰਭਾਲਣ ਤੋਂ ਬਾਅਦ ਉਹਨਾਂ ਦੇ ਲਗਾਤਾਰ ਵੱਧ ਦੇ ਪ੍ਰਭਾਵ ਅੱਗੇ ਕਾਂਗਰਸ ਹਮੇਸ਼ਾ ਲੜਖਡਾਉਂਦੀ ਹੀ ਨਜ਼ਰ ਆਈ ਹੈ ਡੰਡੀ ਪਿਛਲੇ ਕਈ ਸਾਲਾਂ ਤੋਂ ਪਾਰਟੀ ਦੀ ਕਮਾਨ ਜਾਂ ਤਾਂ ਸੋਨੀਆ ਗਾਂਧੀ ਅਤੇ ਜਾਂ ਰਾਹੁਲ ਗਾਂਧੀ ਕੋਲ ਹੀ ਰਹੀ ਹੈ ਡੈਂਡੀ ਪਿਛਲੇ 6 ਸਾਲਾਂ ਤੋਂ ਭਾਜਪਾ ਤੇ ਮੋਦੀ ਦੀ ਝੁੱਲੀ ਹਨੇਰੀ ਕਰਕੇ ਇਹ ਸੰਭਲ ਦੀ ਨਜ਼ਰ ਨਹੀਂ ਆਈ ਡੈਂਡੀ ਇਸੇ ਸਮੇਂ ਵਿੱਚ ਰਾਹੁਲ ਗਾਂਧੀ ਵੱਡੀ ਚਰਚਾ ਦਾ ਵਿਸ਼ਾ ਜ਼ਰੂਰ ਬਣੇ ਰਹੇ ਹਨ ਡੰਡੀ ਵੱਖ-ਵੱਖ ਚੋਣਾ ਵਿੱਚ ਉਹਨਾਂ ਦੀ ਬਿਆਨਬਾਜ਼ੀ ਅਕਸਰ ਹਲਕੇ ਪੱਧਰ ਦੀ ਹੀ ਰਹੀ ਹੈ ਡੰਡੀ ਚਾਹੀਏ ਇਹ ਰਾਫੇਲ ਸੌਦਾ ਹੋਵੇ ਚਾਹੀਏ ਵੱਡੇ ਸਰਮਾਇਦਾਰਾਂ ਦਾ ਮੁੱਦਾ ਹੋਵੇ ਚਾਹੀਏ ਚੀਨ ਦਾ ਮੁੱਦਾ ਹੋਵੇ ਅਤੇ ਚਾਹੀਏ ਲਦਾਖ ਦਾ ਹੋਵੇ ਰਾਹੁਲ ਦੇ ਬਿਆਨ ਉਨ੍ਹਾਂ ਦੇ ਕੱਚ ਘੜਣ ਹੋਣ ਦਾ ਹੀ ਪ੍ਰਭਾਵ ਦਿੰਦੇ ਰਹੇ ਹਨ ਡੈਂਡੀ ਬਹੁਤੀ ਵਾਰ ਪਾਰਟੀ ਨੂੰ ਰਾਹੁਲ ਦੇ ਬਚਾ ਲਈ ਵੀ ਆਉਣਾ ਪੈਂਦਾ ਰਿਹਾ ਹੈ ਡੰਡੀ ਲਗਾਤਾਰ ਹਾਰਾਂ ਨੂੰ ਵੇਖਦਿਆਂ ਰਾਹੁਲ ਨੇ ਸਾਲ 2019 ਵਿੱਚ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਡੰਡੀ ਉਸ ਸਮੇਂ ਵੀ ਇਹ ਉਮੀਦ ਜਾਗੀ ਸੀ ਕਿ ਕਿਸੇ ਹੋਰ ਪਰੋੜ ਅਤੇ ਪਰਬੋਧਾ ਆਗੂ ਨੂੰ ਪਾਰਟੀ ਦੇ ਕਮਾਨ ਸੌਂਪ ਦਿੱਤੀ ਜਾਵੇਗੀ ਪਰ ਆਮ ਬਣੇ ਪ੍ਰਭਾਵ ਵਾਂਗ ਪਾਰਟੀ ਦਹਾਕਿਆਂ ਤੋਂ 네ਰੂ ਗਾਂਧੀ ਪਰਿਵਾਰ ਦੇ ਪ੍ਰਭਾਵ ਚੋਂ ਨਹੀਂ ਉੱਭਰ ਸਕੀ ਡੰਡੀ ਰਾਹੁਲ ਵੱਲੋਂ ਅਸਤੀਫਾ ਦੇਣ ਤੋਂ ਲੰਮੇ ਸਮੇਂ ਬਾਅਦ ਚਾਹੀ ਸੋਨੀਆ ਗਾਂਧੀ ਨੂੰ ਅਸਥਾਈ ਪ੍ਰਧਾਨ ਬਣਾ ਦਿੱਤਾ ਗਿਆ ਸੀ ਭਾਵੇਂ ਕਿ ਆਪਣਾ ਅਸਤੀਫਾ ਦੇਣ ਸਮੇ ਰਾਹੁਲ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਅਗੋਂ ਲਈ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਪਾਰਟੀ ਦੇ ਇਸ ਅਹੁਦੇ ਲਈ ਉਮੀਦਵਾਰ ਨਹੀਂ ਹੋਵੇਗਾ ਟੰਡੀ ਪਰ ਇਸ ਦੇ ਬਾਵ ਯੁੱਧ ਸੋਨੀਆ ਗਾਂਧੀ ਹੀ ਪ੍ਰਧਾਨ ਬਣੀ ਆ ਰਹੀ ਹੈ ਅਤੇ ਪਰਦੇ ਪਿੱਛੇ ਰਾਹੁਲ ਗਾਂਧੀ ਵੀ ਆਪਣੇ ਪ੍ਰਭਾਵ ਦੀ ਵਰਤੋਂ ਕਰਦਾ ਰਿਹਾ ਹੈ ਡੰਡੀ ਇਹ ਪਰਿਵਾਰ ਕਦੀ ਵੀ ਸ਼ਕਤੀ ਤੋਂ ਬਾਹਰ ਨਹੀਂ ਹੋਇਆ ਡੰਡੀ ਚਾਹੇ ਇਹ ਸ਼ਕਤੀ ਸਰਕਾਰ ਦੀ ਰਹੀ ਹੋਵੇ ਚਾਹੇ ਪਾਰਟੀ ਦੀ ਡੰਡੀ ਭਾਰਤ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਅਤੇ ਟੈਕਸ ਤੈਅ ਕਰਨ ਦੀ ਨੀਤੀ ਹਮੇਸ਼ਾ ਹੀ ਇੱਕ ਪਹੇਲੀ ਬਣੀ ਰਹੀ ਹੈ ਡੰਡੀ ਕਰੀਬ ਇੱਕ ਦਹਾਕਾ ਪਹਿਲਾਂ ਤੱਕ ਭਾਰਤ ਵਿੱਚ ਡੀਜ਼ਲ ਅਤੇ ਦੋ ਦਹਾਕੇ ਪਹਿਲਾਂ ਤੱਕ ਪੈਟਰੋਲ ਦੀਆਂ ਕੀਮਤਾਂ ਪੂਰੇ ਤਰਤੇ ਸਰਕਾਰ ਵੱਲੋਂ ਤੈਅ ਕੀਤੀਆਂ ਜਾਂਦੀਆਂ ਸਨ ਡੰਡੀ ਇਸ ਨੀਤੀ ਦੇ ਅਧੀਨ ਚਾਰਾਂ ਪੈਟਰੋਲੀਅਮ ਪਦਾਰਥਾਂ ਪੈਟਰੋਲ ਹੈ ਡੀਜ਼ਲ ਹੈ ਐਲ ਪੀਜੀ ਅਤੇ ਕੈਰੋਸਿਨ ਤੇ ਸਰਕਾਰਾਂ ਇੱਕ ਪਾਸੇ ਟੈਕਸ ਲਗਾਉਂਦੀਆਂ ਸਨ ਤਾਂ ਦੂਜੇ ਪਾਸੇ ਇਹਨਾਂ ਚਾਰਾਂ ਉਤਪਾਦਾਂ ਤੇ ਖੇਤਰਵਾਰ ਵਰਤੋ ਦੇ ਹਿਸਾਬ ਨਾਲ ਸਬਸਿਡੀ ਦਿੰਦੀਆਂ ਸਨ ਡੰਢੀ ਸਭ ਤੋਂ ਪਹਿਲਾਂ ਵਾਜਪਾਈ ਦੇ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਸਬਸਿਡੀ ਤੋਂ ਮੁਕਤ ਕਰਕੇ ਬਾਜ਼ਾਰ ਦੇ ਹਵਾਲੇ ਕਰ ਦਿੱਤਾ ਡੰਢੀ ਕਰੀਬ 1 ਦਹਾਕੇ ਬਾਅਦ ਯੂਪੀਏ ਦੋ ਸਰਕਾਰ ਨੇ ਡੀਜ਼ਲ ਨੂੰ ਵੀ ਸਬਸਿਡੀ ਤੋਂ ਮੁਕਤ ਕਰਕੇ ਬਾਜ਼ਾਰ ਦੇ ਹਵਾਲੇ ਕਰ ਦਿੱਤਾ ਡੰਡਿੰਗ ਜਦੋਂ ਕਿ ਕੈਰੋਸਿਨ ਅਤੇ ਐਲਪੀਜੀ ਤੇ ਸਬਸਿਡੀ ਮੁੱਲ ਅਤੇ ਬਾਜ਼ਾਰ ਮੁੱਲ ਦੋਵੇਂ ਜਾਰੀ ਰੱਖਿਆ ਗਿਆ ਡੰਡਿੰਗ ਦੱਸ ਦਈਏ ਕਿ ਇਨ੍ਹਾਂ ਪੈਟਰੋਲੀਅਮ ਪਦਾਰਥਾਂ ਤੇ ਸਰਕਾਰਾਂ ਦੀ ਟੈਕਸ ਲਗਾਉਣ ਦੀ ਨੀਤੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੀ ਜਿਸ ਤਤ ਕੇਂਦਰ ਸਰਕਾਰ ਵੱਲੋਂ ਇਨਾਂ ਤੇ ਉਤਪਾਦ ਅਤੇ ਸੀਮਾ ਟੈਕਸ ਅਤੇ ਰਾਜ ਸਰਕਾਰਾਂ ਵਿਕਰੀ ਟੈਕਸ ਜਾਂ ਵੈਟ ਜਾਰੀ ਰੱਖਦੀਆਂ ਆਈਆਂ ਡੰਡਿੰਗ ਉੰਜੇ ਦਲੀਲ ਹੈ ਤਾਂ ਇਹ ਵੀ ਦਿੱਤੀ ਜਾਂਦੀ ਹੈ ਕਿ ਪੈਟਰੋਲ ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਕੱਚੇ ਤੇਲ ਅਤੇ ਗੈਸ ਦੀਆਂ ਅੰਤਰਰਾਸ਼ਟਰੀ ਕੀਮਤਾਂ ਦੇ ਆਧਾਰ ਤੇ ਤੈ ਹੁੰਦੀਆਂ ਹਨ ਡੰਡਿੰਗ ਪਰ ਅਸਲ ਵਿੱਚ ਕੁਝ ਹੋਰ ਹੀ ਹੈ ਡੰਡਿੰਗ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਜਦੋਂ ਜ਼ਿਆਦਾ ਵਧੇ ਤਾਂ ਜ਼ਿਆਦਾ ਵਧੀਆਂ ਕੀਮਤਾਂ ਨਾਲ ਸਰਕਾਰਾਂ ਨੂੰ ਨੁਕਸਾਨ ਨਾ ਪਹੁੰਚੇ ਉਸ ਲਈ ਉਹਨਾਂ ਨੇ ਪੈਟਰੋਲੀਅਮ ਪਦਾਰਥਾਂ ਦੇ ਟੈਕਸਾਂ ਵਿੱਚ ਕਟੌਤੀ ਕਰਕੇ ਇਹਨਾਂ ਦੀਆਂ ਕੀਮਤਾਂ ਨੂੰ ਘਟ ਕਰਨ ਦੀ ਕੋਸ਼ਿਸ਼ ਵੀ ਕੀਤੀ ਡੰਡੀ ਪਰ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਈ ਤਾਂ ਕੇਂਦਰ ਅਤੇ ਰਾਜ ਦੋਵਾਂ ਸਰਕਾਰਾਂ ਨੇ ਆਪਣੇ ਆਪਣੇ ਟੈਕਸਾਂ ਵਿੱਚ ਵਾਧਾ ਕਰਨ ਦਾ ਚੰਗਾ ਮੌਕਾ ਵੇਖ ਕੇ ਆਪਣੇ ਖਜ਼ਾਨੇ ਭਰਨੇ ਸ਼ੁਰੂ ਕਰ ਦਿੱਤੇ ਭਾਵ ਕਿ ਪੈਟਰੋਲੀਅਮ ਖੱਬਤਕਰ ਅਜੇ ਵੀ ਅਸਲ ਵਿੱਚ ਇਨ੍ਹਾਂ ਉਤਪਾਦਾਂ ਦੀਆਂ ਬਾਜ਼ਾਰੀ ਕੀਮਤਾਂ ਨਹੀਂ ਸਗੋਂ ਸਰਕਾਰਾਂ ਵੱਲੋਂ ਇਨ੍ਹਾਂ ਦੇ ਟੈਕਸਾਂ ਵਿੱਚ ਕੀਤੇ ਵਾਧੇ ਕਾਰਨ ਵਧੇਰੇ ਕੀਮਤਾਂ ਅਦਾ ਕਰਨ ਲਈ ਮਜਬੂਰ ਹੋ ਰਹੇ ਹਨ ਡੰਡੀ ਪਹਿਲਾਂ ਆਮ ਤੌਰ ਤੇ ਸਾਲਾਨਾ ਬਜਟ ਪੇਸ਼ ਕਰਨ ਸਮੇ ਪੈਟਰੋਲੀਅਮ ਉਤਪਾਦਾਂ ਦੇ ਪ੍ਰਸ਼ਾਸਨਿਕ ਮੁੱਲ ਅਤੇ ਉਹਨਾਂ ਤੇ ਟੈਕਸ ਲਗਾ ਕੇ ਉਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਂ ਘਾਟਾ ਕੀਤਾ ਜਾਂਦਾ ਸੀ ਡੰਡੀ ਪਰ ਹੁਣ ਕੇਂਦਰ ਹੋਵੇ ਜਾਂ ਰਾਜ ਸਰਕਾਰ ਉਹਨਾਂ ਵੱਲੋਂ ਪੈਟਰੋਲੀਅਮ ਪਦਾਰਥਾਂ ਤੇ ਮਨ ਮਰਜ਼ੀ ਅਨੁਸਾਰ ਟੈਕਸ ਥੋਪ ਕੇ ਵਾਅਦਾ ਕਰ ਦਿੱਤਾ ਜਾਂਦਾ ਹੈ ਪਰ ਦੋਸ਼ ਅੰਤਰਰਾਸ਼ਟਰੀ ਕੀਮਤਾਂ ਨੂੰ ਦਿੱਤਾ ਜਾਂਦਾ ਹੈ ਡੰਡੀ ਜੇਕਰ ਸਰਕਾਰ ਨੇ ਅੰਤਰਰਾਸ਼ਟਰੀ ਕੀਮਤਾਂ ਡਿੱਗਣ ਤੇ ਦੇਸ਼ ਵਿੱਚ ਕੀਮਤਾਂ ਨੂੰ ਘਟ ਨਹੀਂ ਕਰਨਾ ਤਾਂ ਪੈਟਰੋਲੀਅਮ ਪਦਾਰਥਾਂ ਨੂੰ ਬਾਜ਼ਾਰ ਨਾਲ ਜੋੜਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਡੰਡੀ ਅੱਜ ਸਵਾਲ ਭਾਰਤ ਦੇ ਪੈਟਰੋਲੀਅਮ ਪਦਾਰਥਾਂ ਦੇ ਦਰਾਮਦ ਤੇ ਨਿਰਭਰਤਾ ਦਾ ਨਹੀਂ ਸਗੋਂ ਪੈਟਰੋਲੀਅਮ ਪਦਾਰਥਾਂ ਤੇ ਲਗਾਏ ਬੇਤਹਾਸ਼ਾ ਟੈਕਸਾਂ ਰਾਹੀਂ ਸਰਕਾਰ ਨੂੰ ਮਿਲਣ ਵਾਲੇ ਮਾਲੀਏ ਤੇ ਉਸ ਦੀ ਨਿਰਭਰਤਾ ਦਾ ਹੈ ਟੰਡੀ ਸਟਾਰ ਪਾਠਕ ਇਹ ਸੋਚ ਰਹੇ ਹੋਣਗੇ ਕਿ ਮੈਂ ਐਸਾ ਅਖਬਾਰ ਵਿੱਚ ਕਿਸਾਨ ਅੰਦੋਲਨ ਦਾ ਰੋਜ਼ਨਾਮਚਾ ਕਦੋਂ ਤੱਕ ਲਿਖਦਾ ਰਹਾਂਗਾ ਡੰਡੀ ਐਸ ਇਸੇ ਦਰਮਿਆਨ ਲੋਕ ਸਭਾ ਵਿੱਚ ਬਜਟ ਪੇਸ਼ ਹੋ ਚੁੱਕਾ ਹੈ ਡੰਡੀ ਚੋਣ ਕਮਿਸ਼ਨ ਨੇ ਪੰਜ ਰਾਜਾਂ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਡੰਡੀ ਭਾਰਤ ਸਰਕਾਰ ਨੇ ਕੁੱਲ ਘਰੇਲੂ ਉਤਪਾਦਨ ਦੇ ਤਾਜ਼ੇ ਆંકड़े ਜਾਰੀ ਕਰ ਦਿੱਤੇ ਹਨ ਡੰਡੀ ਕਿ ਮੇਰੇ ਕੋਲ ਇਹਨਾਂ ਤਿੰਨਾਂ ਮੁੱਦਿਆਂ ਬਾਰੇ ਕਹਿਣ ਲਈ ਕੁਝ ਨਹੀਂ ਹੈ ਡੰਡੀ ਕਹਿੰਦੀ ਲੋੜ ਨਹੀਂ ਹੈ ਕਿ ਇਹਨਾਂ ਬਾਰੇ ਵੀ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਪਰ ਇਸ ਤੋਂ ਪਹਿਲਾਂ ਕਿ ਮੈਂ ਬਜਟ ਅਰਥਚਾਰੇ ਅਤੇ ਚੋਣਾਂ ਬਾਰੇ ਕੁਝ ਕਹਿੰਦਾ ਮੈਨੂੰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ 40 ਮਿੰਟ ਦਾ ਇੱਕ ਭਾਸ਼ਣ ਸੁਣਨ ਨੂੰ ਮਿਲਿਆ ਜੋ ਉਹਨਾਂ ਨੇ ਜਗਰਾਉਂ ਮਹਾਪੰਚਾਇਤ ਵਿਚ ਦਿੱਤਾ ਸੀ ਡੈਂਡੀ ਮੈਂ ਬਹੁਤ ਸਾਰੇ ਭਾਸ਼ਣ ਸੁਨੇ ਹਨ ਕੁਝ ਦਿੱਤੇ ਵੀ ਹਨ ਪਰ ਅਜਿਹਾ ਭਾਸ਼ਣ ਮੈਂ ਪਹਿਲੀ ਵਾਰ ਸੁਣਿਆ ਡੈਂਡੀ ਰਲਿ ਮਿਲੀ ਪੰਜਾਬੀ ਅਤੇ ਹਿੰਦੀ ਵਿੱਚ ਦਿੱਤਾ ਇਹ ਭਾਸ਼ਣ ਦਰ ਅਸਲ ਉਸ ਅੰਦਰਲੀ ਕਹਾਣੀ ਨੂੰ ਬਿਆਨ ਕਰਦਾ ਹੈ ਜੋ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪਾਸ ਕਰਵਾਏ ਤਿੰਨ ਵਿਵਾਦ ਗ੍ਰਸਤ ਖੇਤੀ ਕਾਨੂੰਨਾਂ ਨਾਲ ਜੁੜੀ ਹੋਈ ਹੈ ਡੰਡੀ ਕਿਸੇ ਵੀ ਸਰਕਾਰੀ ਬੁਲਾਰੇ ਜਾਂ ਕਿਸੇ ਵੀ ਭਾਜਪਾ ਬੁਲਾਰੇ ਨੇ ਅੱਜ ਤੱਕ ਇਸ ਭਾਸ਼ਣ ਵਿੱਚ ਰਾਜੇਵਾਲ ਵੱਲੋਂ ਕਹੀਆਂ ਗੱਲਾਂ ਦਾ ਖੰਡਨ ਨਹੀਂ ਕੀਤਾ ਡੈਂਡੀ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਜਾਂ ਤਾਂ ਸਰਕਾਰ ਰਾਜੇਵਾਲ ਦੀਆਂ ਗੱਲਾਂ ਦਾ ਮਹੱਤਵ ਨਹੀਂ ਸਮਝ ਰਹੀ ਜਾਂ ਫਿਰ ਸਰਕਾਰ ਵੀ ਰਾਜੇਵਾਲ ਵੱਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਸੱਚ ਮੰਨਦੀ ਹੈ ਅਤੇ ਇਸ ਲਈ ਉਹਨਾਂ ਦਾ ਖੰਡਨ ਕਰਨ ਦਾ ਸਾਹਸ ਨਹੀਂ ਜੁਟਾ ਸਕੀ ਡੈਂਡੀ ਜੁਗਰਾਉਂ ਦੀ ਵਿਸ਼ਾਲ ਪੰਚਾਇਤ ਵਿੱਚ ਕਿਸਾਨ ਔਰਤਾਂ ਤੇ ਮਰਦਾਂ ਦੇ ਜ਼ਬਰਦਸਤ ਇਕੱਠ ਸਾਹਮਣੇ ਰਾਜੇਵਾਲ ਨੇ ਕੀ ਕਿਹਾ ਉਹਨਾਂ ਨੇ ਆਪਣੀ ਗੱਲ ਅਕਤੂਬਰ 2017 ਭਾਗ 3 ਖੇਤੀ ਕਾਨੂੰਨਾਂ ਨੂੰ ਆਰਡੀ ਨੈਂਸਾ ਦੀ ਸ਼ਕਲ ਵਿੱਚ ਪੇਸ਼ ਕਰਨ ਤੋਂ ਤਕਰੀਬਨ 2.5 ਸਾਲ ਪਹਿਲਾਂ ਤੋਂ ਸ਼ੁਰੂ ਕੀਤੀ ਡੈਂਡੀ ਉਹਨਾਂ ਨੇ ਦੱਸਿਆ ਕਿ ਇਸ ਮਹੀਨੇ ਕੇਂਦਰ ਸਰਕਾਰ ਨੇ ਐਨ ਆਈ ਟੀ ਆਈ ਕਮਿਸ਼ਨ ਵਿੱਚ ਇੱਕ ਵੱਡੀ ਬੈਠਕ ਕਰਵਾਈ ਜਿਸ ਵਿੱਚ ਉਹ ਵੀ ਸ਼ਾਮਲ ਹੋਏ ਡੈਂਡੀ ਉਹਨਾਂ ਦੇ ਨਾਲ ਰਾਜਸਥਾਨ ਅਤੇ ਮਹਾਰਾਸ਼ਟਰ ਦੇ ਕਿਸਾਨ ਆਗੂ ਵੀ ਸਨ ਡੰਡੀ ਇਸ ਬੈਠਕ ਵਿੱਚ ਸਰਕਾਰੀ ਅਫਸਰਾਂ ਸਰਕਾਰੀ ਅਰਥਸ਼ਾਸਤਰੀਆਂ ਦੇ ਨਾਲ-ਨਾਲ ਨਿੱਜੀ ਕੰਪਨੀਆਂ ਦੇ ਸੀਈਓ ਪੱਧਰ ਦੇ ਪ੍ਰਤੀਨਿਧ ਵੀ ਹਿੱਸਾ ਲੈ ਰਹੇ ਸਨ ਡੰਡੀ ਚਰਚਾ ਦਾ ਵਿਸ਼ਾ ਸੀ ਖੇਤੀ ਦਾ ਸੰਕਟ ਡੈਂਡੀ ਗੱਲਬਾਤ ਸ਼ੁਰੂ ਹੋਈ ਤਾਂ ਇੱਕ ਸਰਕਾਰੀ ਅਰਥਸ਼ਾਸਤਰੀ ਨੇ ਖੜੇ ਹੋ ਕੇ ਕਿਹਾ ਕਿ ਜੇਕਰ ਖੇਤੀ ਖੇਤਰ ਦੇ ਸੰਕਟ ਤੇ ਕਾਬੂ ਪਾਉਣਾ ਹੈ ਤਾਂ ਨਿੱਜੀ ਖੇਤਰ ਨੂੰ ਉਸ ਵਿੱਚ ਪੂੰਜੀ ਨਿਵੇਸ਼ ਕਰਨਾ ਹੋਵੇਗਾ ਡੈਂਡੀ ਇਸ ਤੋਂ ਬਾਅਦ ਇੱਕ ਨਿੱਜੀ ਕੰਪਨੀ ਦੇ ਸੀਈਓ ਨੇ ਖੜੇ ਹੋ ਕੇ ਕਿਹਾ ਕਿ ਉਹ ਨਿਵੇਸ਼ ਕਰਨ ਲਈ ਤਿਆਰ ਹਨ ਪਰ ਉਹਨਾਂ ਦੀਆਂ ਕੁਝ ਸ਼ਰਤਾਂ ਹਨ ਡੈਂਡੀ ਉਹਨਾਂ ਦੀਆਂ ਸ਼ਰਤਾਂ ਮੌਖ ਰੂਪ ਨਾਲ ਤਿੰਨ ਸੰ ਡੈਂਡੀ ਪਹਿਲੀ ਸਰਕਾਰ 5 5 7 7 ਹਜ਼ਾਰ ਦੀਆਂ ਵਿਸ਼ਾਲ ਜੋਤਾਂ ਵਾਲੀ ਜ਼ਮੀਨ ਉਹਨਾਂ ਨੂੰ ਤਿਆਰ ਕਰਕੇ ਦੇਵੇ ਡੰਡੀ ਸਟਾਰ ਬਰਤਾਨੀਆਂ ਵਿੱਚ ਹਰ 10 ਸਾਲ ਬਾਅਦ ਮਰਦਮਸ਼ੁਮਾਰੀ ਕੀਤੀ ਜਾਂਦੀ ਹੈ ਡੰਡੀ ਐਸਵਾਰ ਸਕਾਟਲੈਂਡ ਨੂੰ ਛੱਡ ਕੇ ਬਰਤਾਨੀਆ ਦੇ ਬਾਕੀ ਹਿੱਸਿਆਂ ਭਾਵ ਇੰਗਲੈਂਡ ਵੇਲਜ਼ ਅਤੇ ਨਾਰਦਨ ਆਇਰਲੈਂਡ ਵਿੱਚ ਇਹ ਮਰਦਮਸ਼ੁਮਾਰੀ ਕੀਤੀ ਜਾ ਰਹੀ ਹੈ ਡੈਂਡੀ 21 ਮਾਰਚ 2021 مرد مشماری ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਬਰਤਾਨੀਆਂ ਦੀ مرد مشماری ਦਾ ਇਤਿਹਾਸ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਸਭ ਤੋਂ ਪਹਿਲੀ ਜਾਣਗਾਨਾ 1801 ਵਿੱਚ ਹੋਈ ਸੀ ਜੋ ਲਗਾਤਾਰ ਹੁਣ ਤੱਕ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਡੈਂਡੀ ਆਇਰਲੈਂਡ ਵਿੱਚ ਇਹ 1821 ਤੋਂ ਸ਼ੁਰੂ ਹੋਈ ਸੀ ਡੈਂਡੀ ਭਾਵੇਂ 1853 ਵਿੱਚ ਬਰਤਾਨੀਆਂ ਵਿੱਚ ਪਹਿਲੀ ਵਾਰ ਰਾਸ਼ਟਰੀ ਮਰਦਮਸ਼ੁਮਾਰੀ ਲਈ ਸੰਸਦੀ ਬੈਲ ਪੇਸ਼ ਕੀਤਾ ਗਿਆ ਸੀ ਜਿਸ ਤੇ ਧਾਰਮਿਕ ਆਧਾਰ ਤੇ ਕਈ ਇਤਰਾਜ਼ ਉਠਾਏ ਗਏ ਅਤੇ ਇਹ ਯੋਜਨਾ ਠੰਡੇ ਬਸਤੇ ਵਿੱਚ ਪੈ ਗਈ ਡੈਂਡੀ ਅਖੀਰ ਬਰਤਾਨੀਆਂ ਦੀ ਸੰਸਦ ਵਿੱਚ ਆਬਾਦੀ ਕਾਨੂੰਨ ਪਾਪੂਲੇਸ਼ਨ ਐਕਟ 1800 ਵਿੱਚ ਪਾਸ ਹੋਇਆ ਅਤੇ 1801 ਵਿੱਚ ਪਹਿਲੀ ਵਾਰ ਇੰਗਲੈਂਡ ਵੇਲਜ਼ ਅਤੇ ਸਕਾਟਲੈਂਡ ਵਿੱਚ ਮਰਦਮਸ਼ੁਮਾਰੀ ਕੀਤੀ ਗਈ ਡੈਂਡੀ ਪੰਜਾਬੀ ਬੋਲੀ ਦਾ ਮਾਮਲਾ ਲੈnde ਅਤੇ ਚੜਦੇ ਪੰਜਾਬ ਤੋਂ ਆਏ ਪੰਜਾਬੀਆਂ ਦੀ ਵੱਡੀ ਵਸੋਂ ਬਰਤਾਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਸਦੀ ਹੈ ਡੈਂਡੀ ਇੱਥੇ ਪੰਜਾਬੀਆਂ ਦੇ ਵੱਡੇ-ਵੱਡੇ ਕਾਰੋਬਾਰ ਹਨ ਇਥੋਂ ਤੱਕ ਕਿ ਬਰਤਾਨੀਆਂ ਦੇ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ ਦਾ ਨਾਤਾ ਵੀ ਪੰਜਾਬ ਨਾਲ ਹੈ ਅਤੇ ਉਹਨਾਂ ਦੇ ਵਡੇਰੇ ਅਮਰਤ ਸਾਰੇ ਤੋਂ ਆ ਕੇ ਬਰਤਾਨੀਆਂ ਆ ਵਸੇ ਸਨ ਡੈਂਡੀ ਐਸੇ ਸਮੇਂ ਬਰਤਾਨੀਆਂ ਦੀ ਸੰਸਦ ਵਿੱਚ ਐਮਪੀ ਵਿਰਿੰਦਰ ਸ਼ਰਮਾ ਐਮਪੀ ਸੀਮਾ ਮਲਹੋਤਰਾ ਐਮਪੀ ਤਨਮਨਜੀਤ ਸਿੰਘ ਡੀਸੀ ਐਮਪੀ ਪ੍ਰੀਤਕੌਰ ਗੈਲਾ ਗਗਨ ਮਹਿੰਦਰਾ ਅਤੇ ਨਾਡੀਆਂ ਵਿਟੋਮ ਜਿੱਥੇ ਹਾਊਸ ਆਫ ਕਾਮਨਜ਼ ਵਿੱਚ ਚੜਦੇ ਪੰਜਾਬ ਦੇ ਪੰਜਾਬੀਆਂ ਦਾ ਮਾਣ ਹਨ ਉੱਥੇ ਹੀ ਉੱਪਰਲੇ ਸਦਨ ਹਾਊਸ ਆਫ ਲਾਰਡਜ਼ ਵਿੱਚ ਲਾਰਡ ਇੰਦਰਜੀਤ ਲਾਰਡ ਦਲਜੀਤ ਸਿੰਘ ਰਾਣਾ ਲਾਰਡ ਰਣਵੀਰ ਸਿੰਘ ਸੂਰੀ ਬੈਰੋ ਨੇ ਇਸ ਸੰਦੀਪ ਵਰਮਾ ਲਾਡ ਰੰਮੀ ਰੇਂਜਰ ਵੀ ਚੜਦੇ ਪੰਜਾਬ ਦੇ ਪੰਜਾਬੀ ਪਸ਼ੋਕੜ ਵਾਲੇ ਹਨ ਡੰਡੀ ਲੈਦੇ ਪੰਜਾਬ ਵੱਲੋਂ ਟੋਬਾ ਟੇਕ ਸਿੰਘ ਨਾਲ ਸੰਬੰਧਤ ਸਾਬਕਾ ਗ੍ਰਹਿ ਮੰਤਰੀ ਅਤੇ ਖਜ਼ਾਨਾ ਮੰਤਰੀ ਸਾਜਦ ਜਾਵედ ਤੋਂ ਇਲਾਵਾ ਐਮਪੀ ਖਾਲੇਦਾ ਮਹਿਮੂਦ ਵਾਜ਼ਦਾ ਖਾਨ ਲਾਡਾ ਬ੍ਰੈਸਟਨ ਇਮਰਾਨ ਹੁਸੈਨ ਜ਼ਾਰਾ ਸੁਲਤਾਨਾ ਨਾਜ਼ੀਆ ਸ਼ਾ ਸਮੀਤਾ ਦੋਵੇਂ ਸਦਨਾ ਵਿੱਚ ਕਈ ਸੰਸਦ ਮੈਂਬਰ ਪੰਜਾਬੀ ਜ਼ੁਬਾਨ ਵਾਲੇ ਹਨ ਜਾਂ ਪੰਜਾਬੀ ਪਛੋਕੜ ਵਾਲੇ ਪਰਿਵਾਰਾਂ ਨਾਲ ਸੰਬੰਧਿਤ ਹਨ ਡੈਂਡੀ ਭਾਵੇਂ ਇਹਨਾਂ ਲੋਕਾਂ ਦੀ ਪੰਜਾਬੀ ਲਿਪੀ ਗੁਰਮੁਖੀ ਅਤੇ ਸ਼ਾ ਮੁਖੀ ਹੋਣ ਕਰਕੇ ਕੁਝ ਵਖਰੇਵਾ ਹੈ ਪਰ ਦੋਵੇਂ ਪੰਜਾਬਾਂ ਤੋਂ ਆਏ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਪੰਜਾਬੀ ਹੋਣ ਕਰਕੇ ਬਰਤਾਨੀਆਂ ਵਿੱਚ ਅੰਗਰੇਜ਼ੀ ਤੋਂ ਬਾਅਦ ਪੰਜਾਬੀ ਸਭ ਤੋਂ ਬਾਅਦ ਬੋਲੀ ਜਾਣ ਵਾਲੀ ਬੋਲੀ ਹੈ ਡੈਂਡੀ 2001 ਤੋਂ ਪਹਿਲਾਂ ਹੋਈ ਮਰਦਮਸ਼ੁਮਾਰੀ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਹੋਣ ਦਾ ਮਾਣ ਮਿਲਿਆ ਸੀ ਡਾਂਡੀ ਪਰ 2011 ਵਿੱਚ ਪੰਜਾਬੀ ਤੀਜੇ ਸਥਾਨ ਤੇ ਚਲੀ ਗਈ ਸੀ ਅਤੇ ਪਾਲਿਸ਼ਾ ਬਰਤਾਨੀਆਂ ਦੀ ਦੂਜੀ ਸਭ ਤੋਂ ਵੱਡੀ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਸੀ ਡਾਂਡੀ। ਸਟਾਰ ਦੂਜੀ ਉਸ ਜਮੀਨ ਤੇ ਖੇਤੀ ਕਰਨ ਦਾ ਠੇਕਾ 50 ਸਾਲ ਤੱਕ ਭਾਵ 10 ਪੀੜੀਆਂ ਤਾਕਾ ਤੈ ਕਰ ਦਿੱਤਾ ਜਾਵੇ ਡੰਡੀ ਤੀਜਾ ਕਿਸਾਨ ਐਸਾ ਸੰਬੋਧਿਤ ਵਿੱਚ ਕੋਈ ਦਖਲ ਨਾ ਦੇਣਾ ਅਤੇ ਉਸ ਜ਼ਮੀਨ ਤੇ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਨਾ ਡੰਡੀ ਬੈਠਕਾ ਚਲਦੀ ਰਹੀ ਡੰਡੀ ਜੋ ਵੀ ਬੁਲਾਰਾ ਉੱਠਦਾ ਸੀ ਉਸੇ ਨਾਲ ਮਿਲੀ ਜੁਲੀ ਗੱਲ ਕਰਦਾ ਸੀ ਪਰ ਨਾ ਰਾਜੇਵਾਲ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਨਾ ਰਾਮਪਾਲ ਜਾਟ ਨੂੰ ਅਤੇ ਨਾ ਹੀ ਵਿਜੇ ਜਵਾਨੀਆਂ ਨੂੰ ਡੰਡੀ ਉਹਨਾਂ ਨੂੰ ਕਿਹਾ ਗਿਆ ਕਿ ਧੀਰੇ ਜਾ ਰੱਖੋ ਉਨ੍ਹਾਂ ਦੀ ਗੱਲ ਵੀ ਸੁਣੀ ਜਾਵੇਗੀ ਡੈਂਡੀ ਇਸ ਤਰ੍ਹਾਂ ਮੀਟਿੰਗ ਖਤਮ ਹੋਣ ਵਿੱਚ ਅੱਧਾ ਘੰਟਾ ਰਹਿ ਗਿਆ ਡੈਂਡੀ ਆਪਣੀ ਗੱਲ ਕਹਿਣ ਦਾ ਸਮਾਂ ਨਾ ਮਿਲਦਾ ਵੇਖ ਕੇ ਰਾਜੇਵਾਲ ਨੇ ਆਪਣੀ ਖਾਸ ਸ਼ੈਲੀ ਵਿੱਚ ਸਖ਼ਤ ਇਤਰਾਜ਼ ਦਰਜ ਕਰਵਾਇਆ ਡੈਂਡੀ ਫਿਰ ਬੈਠਕ ਨੂੰ 2 ਘੰਟੇ ਹੋਰ ਚਲਾਇਆ ਗਿਆ ਜਿਸ ਵਿੱਚ ਕਿਸਾਨ ਨੇਤਾਵਾਂ ਨੂੰ ਵੀ ਬੋਲਣ ਦਾ ਮੌਕਾ ਮਿਲਿਆ ਡੰਡੀ ਰਾਜੇਵਾਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਰਹਿਣ ਸਹਿਣ ਤੇ ਸਮੁੱਚੇ ਤੌਰ ਤੇ ਸੱਭਿਆਚਾਰ ਇੱਕੋ ਜਿਹਾ ਹੀ ਹੈ ਡੰਡੀ ਉਹ ਮੌਕਾ ਤੌਰ ਤੇ ਕਿਸਾਨ ਹਨ ਡੰਡੀ ਭਾਵੇਂ ਹੀ ਕੋਈ ਕਿਸਾਨ ਆਪਣੀ ਜ਼ਮੀਨ ਵੇਚ ਦੇਵੇ ਉਹ ਆਪਣੇ ਆਪ ਨੂੰ ਜ਼ਿਮੀਦਾਰਾਂ ਦਾ ਮੁੰਡਾ ਹੀ ਅਖਵਾਉਂਦਾ ਹੈ ਡੰਡੀ ਵਿਆਹ ਦੇ ਰਿਸ਼ਤੇ ਤੋਂ ਪਹਿਲਾਂ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਡੰਡੀ ਅਜੇ ਹੀ ਜੱਟ ਅਤੇ ਜਾਟ ਸਮਾਜ ਨੂੰ ਇਹ ਕਾਰਪੋਰੇਟ ਬੰਦੋਬਸਤ ਰਾਜ ਰਾਸ ਨਹੀਂ ਆਵੇਗਾ ਡੈਂਡੀ ਰਾਜੇਵਾਲ ਨੇ ਸਪਸ਼ਟ ਰੂਪ ਨਾਲ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਐਸਾ ਵੈਸਾ ਕਦਮ ਪੁੱਟਿਆ ਤਾਂ ਕੋਈ ਕਿਸਾਨ ਨਹੀਂ ਮੰਨੇਗਾ ਭਾਵੇਂ ਕੋਲਾ ਜ਼ਮੀਨ ਘਟ ਹੋਵੇ ਜਾਂ ਵਾਦ ਡੰਡੀ ਸਰਕਾਰ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਕਾਬੂ ਵਿੱਚ ਨਹੀਂ ਰੱਖ ਸਕੇਗੀ ਡੰਡੀ ਰਾਜੇਵਾਲ ਦਾ ਮੰਨਣਾ ਹੈ ਕਿ ਉਹਨਾਂ ਦੀਆਂ ਗੱਲਾਂ ਦਾ ਸਰਕਾਰ ਅਤੇ ਮੀਟਿੰਗ ਵਿੱਚ ਸ਼ਾਮਲ ਹੋਣਾ ਤੇ ਅਸਰਪਿਆ ਡੰਡੀ ਰਾਜੇਵਾਲ ਅਨੁਸਾਰ ਇਸ ਬੈਠਕ ਤੋਂ ਬਾਅਦ ਸਰਕਾਰ ਚੁੱਪਚਾਪ ਪੇਸ਼ਬੰਦੀ ਕਰਦੀ ਰਹੀ ਡੰਡੀ ਉਸ ਨੂੰ ਵੀ ਸ਼ਾਕਾ ਹੋ ਗਿਆ ਸੀ ਇਸ ਲਈ ਉਹ ਵੀ ਚੁੱਪਚਾਪ ਕਾਗਜ਼ ਪੱਤਰ ਇਕੱਠੇ ਕਰਦੇ ਰਹੇ ਡੰਡੀ ਇਸ ਵਿੱਚ ਉਹਨਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਰਾਜ ਸਰਕਾਰਾਂ ਨੂੰ ਭੇਜਿਆ ਇੱਕ ਪੱਤਰ ਵੀ ਮਿਲਿਆ ਜਿਸ ਵਿੱਚ ਕਣਕ ਦੀ ਖਰੀਦ ਨਾ ਕਰਨ ਦੀ ਗੱਲ ਕਹੀ ਗਈ ਸੀ ਟੈਂਡੀ ਇਸ ਪੱਤਰ ਨੂੰ ਪੜਨ ਤੋਂ ਬਾਅਦ ਰਾਜੇਵਾਲ ਦਾ ਸ਼ਾਕਾ ਡੂੰਗਾ ਹੋ ਗਿਆ ਡੰਡੀ ਉਹਨਾਂ ਨੇ ਹੋਰ ਦਸਤਾਵੇਜ਼ ਇਕੱਠੇ ਕੀਤੇ ਅਤੇ 17 ਫਰਵਰੀ ਨੂੰ ਸਾਰੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਇਕੱਠਿਆਂ ਕਰਕੇ ਇਸ ਸਮੱਸਿਆ ਤੇ ਇੱਕ ਸੈਮੀਨਾਰ ਕੀਤਾ ਡੰਡੀ ਐਸ ਵਿੱਚ ਉਹਨਾਂ ਨੇ ਸਾਰੇ ਦਾਸਤਾਵੇਜ਼ਾਂ ਦੀਆਂ ਨਕਲਾਂ ਰਾਜਸੀ ਆਗੂਆਂ ਨੂੰ ਦਿੱਤੀਆਂ ਡੰਡੀ ਇਸ ਸੈਮੀਨਾਰ ਵਿੱਚ ਕਾਂਗਰਸ ਦੇ ਆਗੂ ਸੁਨੀਲ ਜਾਖੜ ਨੇ ਮੇਜ਼ ਤੇ ਹੱਥ ਮਾਰ ਕੇ ਕਿਹਾ ਐਮਐਸਪੀ ਗਈ ਐਮਐਸਪੀ ਗਈ ਅੱਜ ਤੋਂ ਬਾਅਦ 24 ਫਰਵਰੀ ਨੂੰ ਚੰਡੀਗੜ੍ਹ ਦੀ ਪ੍ਰੇਡ ਗਰਾਊਂਡ ਵਿੱਚ ਕਿਸਾਨਾਂ ਦੀ ਰੈਲੀ ਕਰਵਾਉਣ ਦਾ ਫੈਸਲਾ ਹੋਇਆ ਡੈਂਡੀ ਸਟਾਰ ਸਰਕਾਰ ਨੇ ਇਸ ਦੀ ਇਜਾਜ਼ਤ ਵੀ ਦੇ ਦਿੱਤੀ ਡੈਂਡੀ ਸਾਰਾ ਪ੍ਰਬੰਧ ਕਰ ਲਿਆ ਗਿਆ ਡੈਂਡੀ ਕਿਸਾਨ ਚੰਡੀਗੜ੍ਹ ਵਾਲੇ ਤੁਰ ਪਏ ਡੈਂਡੀ ਪਰ ਐਨ ਮੌਕੇ ਤੇ ਸਰਕਾਰ ਨੇ ਰੈਲੀ ਤੇ ਪਾਬੰਦੀ ਲਗਾ ਦਿੱਤੀ ਡੈਂਡੀ ਚੰਡੀਗੜ੍ਹ ਤੋਂ ਮੋਹਾਲੀ ਤੱਕ ਦੀਆਂ ਸਾਰੀਆਂ ਸੜਕਾਂ 22 ਕਿਲੋਮੀਟਰ ਤੱਕ ਕਿਸਾਨਾਂ ਕਾਰਨ ਜਾਮ ਹੋ ਗਈਆਂ ਡੈਂਡੀ ਫਿਰ ਕਿਸਾਨ ਮੀਲਾਂ ਤੱਕ ਪੈਦਲ ਤੁਰ ਕੇ ਚੰਡੀਗੜ੍ਹ ਦੀ ਪ੍ਰੇਡ ਗਰਾਊਂਡ ਆਏ ਡੰਡੀ ਇਸ ਰੈਲੀ ਵਿੱਚ ਕਿਸਾਨ ਸੰਘਰਸ਼ ਦਾ ਨਗਾਰਾ ਵਜਾ ਦਿੱਤਾ ਗਿਆ ਡੰਡੀ ਜਿਵੇਂ ਕਿ ਅਸੀਂ ਜਾਣਦੇ ਹਾਂ ਇਸ ਰੋਜ਼ਨਾਮਚੇ ਦੀ ਪਹਿਲੀ ਗੈਸਟ ਵਿੱਚ ਲਿਖਿਆ ਜਾ ਚੁੱਕਾ ਹੈ ਕਿ ਜੂਨ 2020 ਵਿੱਚ ਤਾਲਾਬੰਦੀ ਉਠਣ ਦਾ سلسلہ ਸ਼ੁਰੂ ਹੋਣ ਦੇ ਨਾਲ ਕੇਂਦਰੀ ਮੰਤਰੀ ਮੰਡਲ ਵਿੱਚ ਭਵੈਖ ਚ ਕਾਨੂੰਨ ਬਣ ਵਾਲੇ ਤਿੰਨ ਆਰਡੀਨੈਂਸ ਰੱਖੇ ਗਏ ਸਨ ਡੈਂਡੀ ਉਸ ਸਮੇਂ ਕਿਸੇ ਵੀ ਤਰ੍ਹਾਂ ਦੀ ਰਾਜਸੀ ਲਾਮਬੰਦੀ ਤੇ ਕਰੋਨਾ ਮਹਾਮਾਰੀ ਕਾਰਨ پابੰਦੀ ਸੀ ਡੈਂਡੀ ਪਰ ਕਿਸਾਨ ਚੌਕਸ ਸੰਨਤੀ ਉਹਨਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੇ ਚੜ ਕੇ ਇਹਨਾਂ ਅਲਰਡਿਨੈਂਸਾਂ ਦਾ ਵਿਰੋਧ ਕਰਨ ਸੰਬੰਧੀ ਤਖਤੀਆਂ ਲੈ ਕੇ ਵਿਖਾਵਾ ਕੀਤਾ ਸੀ ਡੈਂਡੀ ਇਹ ਅੰਦੋਲਨ ਦਾ ਇੱਕ ਅਨੋਖਾ ਤਰੀਕਾ ਸੀ ਡੈਂਡੀ ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਸੰਯੁਕਤ ਮੋਰਚਾ ਬਣਿਆ ਡੰਡੀ ਰੇਲਾਂ ਰੋਕੀਆਂ ਗਈਆਂ ਅਤੇ ਫਿਰ ਕਿਸਾਨ ਦਿੱਲੀ ਵੱਲ ਤੁਰ ਪਏ ਡੰਡੀ ਇਸ ਤੋਂ ਬਾਅਦ ਦਿੱਲੀ ਦਾ ਇਤਿਹਾਸਕ ਘੇਰਾ ਸ਼ੁਰੂ ਹੋਇਆ ਡੰਡੀ ਰਾਜੇਵਾਲ ਦਾ ਮੰਨਣਾ ਹੈ ਕਿ ਸਰਕਾਰ ਇਸ ਅੰਦੋਲਨ ਨੂੰ ਪੰਜਾਬ ਹਰਿਆਣਾ ਤਾਕਾ ਸੀਮਤ ਮੰਦੀ ਹੈ ਡੈਂਡੀ ਦਰ ਅਸਲ ਉਹ ਇਨਾ ਰਾਜਾਂ ਦੇ ਬਿਹਤਰੀਨ ਮੰਡੀ ਢਾਂਚੇ ਨੂੰ ਤੋੜ ਦੇਣਾ ਚਾਹੁੰਦੀ ਹੈ ਡੈਂਡੀ ਇਸ ਦੇ ਖਾਤਮ ਹੋਣ ਤੋਂ ਬਾਅਦ ਖੇਤੀ ਕਾਰਪੋਰੇਟ ਸੈਕਟਰ ਨੂੰ ਦੇਣ ਦੇ ਵਿਰੋਧ ਦੀ ਸੰਭਾਵਨਾ ਪੂਰੀ ਤਰ੍ਹਾਂ ਖਾਤਮਾ ਹੋ ਜਾਵੇਗੀ ਡੰਡੀ ਉਹਨਾਂ ਨੇ ਕਿਸਾਨ ਆਗੂਆਂ ਅਤੇ ਸਰਕਾਰ ਦਰਮਿਆਨ ਹੋਈ 11 11 ਗੇੜ ਦੀ ਗੱਲਬਾਤ ਦੇ ਕੁਝ ਦਿਲਚਸਪ ਪਹਿਲੂ ਵੀ ਜਗਰਾਉਂ ਮਹਾਪੰਚਾਇਤ ਵਿੱਚ ਦੱਸੇ ਡੰਡੀ ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਤਿੰਨ ਕਾਨੂੰਨਾਂ ਤੇ ਮਾਦ ਅਨੁਸਾਰ ਚਰਚਾ ਕਰਨ ਲਈ ਕਿਹਾ ਡੈਂਡੀ ਕਿਸਾਨ ਆਗੂ ਤਿਆਰ ਹੋ ਗਏ ਅਤੇ ਉਹਨਾਂ ਨੇ ਮੱਦ ਅਨੁਸਾਰ ਕਾਨੂੰਨਾਂ ਦੀਆਂ ਕਮੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਡੈਂਡੀ ਸਰਕਾਰੀ ਤਰ੍ਹਾਂ ਹਰ ਕਮੀ ਨੂੰ ਨੋਟ ਕਰ ਰਹੀ ਸੀ ਅਤੇ ਕਹਿੰਦੀ ਸੀ ਕਿ ਇਸ ਨੂੰ ਸੋਧ ਕਰਕੇ ਠੀਕ ਕਰ ਦੇਵਾਂਗੇ ਡੈਂਡੀ ਜਦੋਂ ਕਮੀਆਂ ਬਹੁਤ ਜ਼ਿਆਦਾ ਹੋ ਗਈਆਂ ਤਾਂ ਕਿਸਾਨ ਨੇਤਾਵਾਂ ਨੇ ਕਿਹਾ ਕਿ ਇਹਨਾਂ ਸੌਦਾਂ ਨਾਲ ਕੀ ਹੋਵੇਗਾ ਕਾਨੂੰਨਾਂ ਨੂੰ ਰੱਦ ਹੀ ਕਿਉਂ ਨਹੀਂ ਕਰ ਦਿੰਦੇ ਪ੍ਰਸ਼ੰਚਨ ਇਸ ਤੇ ਸਰਕਾਰ ਤਿਆਰ ਨਹੀਂ ਹੋਈ ਡੈਂਡੀ ਉਹਨਾਂ ਦਾ ਕਹਿਣਾ ਸੀ ਕਿ ਸੌਦਾਂ ਭਾਵੇਂ ਜਿੰਨੀਆਂ ਮਰਜ਼ੀ ਕਰਵਾ ਲਓ ਪਰ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ ਡੰਡੀ ਇੱਥੇ ਸਵਾਲ ਇਹ ਹੈ ਕਿ ਰਾਜੇਵਾਲ ਨੇ ਜੋ ਗੱਲਾਂ ਜਨਤਕ ਰੂਪ ਨਾਲ ਠੋਕੇ ਕਈਆਂ ਉਹ ਦੇਸ਼ ਦਾ ਕੋਈ ਵੀ ਸਿਆਸੀ ਨੇਤਾ ਕਹਿਣ ਲਈ ਤਿਆਰ ਨਹੀਂ ਹੈ ਡੰਡੀ ਕਾਂਗਰਸ ਦੇ ਰਾਹੁਲ ਗਾਂਧੀ ਅਸੀਂ 2.5 ਕਹਿ ਕੇ ਮੋਦੀ ਦੀ ਨੁਕਤਾਚੀਨੀ ਜ਼ਰੂਰ ਕਰ ਰਹੇ ਹਨ ਪਰ ਉਹਨਾਂ ਦੇ ਸਮੇਂ ਦਾ ਕੋਈ ਵੀ ਵਿਰੋਧੀ ਧਿਰ ਦਾ ਨੇਤਾ ਖੇਤੀ ਦੇ ਕਾਰਪੋਰੇਟਰੀ ਕਰਨ ਦਾ ਵਿਰੋਧ ਕਰਕੇ ਨਿੱਜੀ ਪੂੰਜੀ ਦੀਆਂ ਸ਼ਕਤੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਡੰਡੀ ਸਟਾਰ ਅੱਜ ਸਵਾਲ ਭਾਰਤ ਦੇ ਪੈਟਰੋਲੀਅਮ ਪਦਾਰਥਾਂ ਦੇ ਦਰਾਮਦ ਤੇ ਨਿਰਭਰਤਾ ਦਾ ਨਹੀਂ ਸਗੋਂ ਪੈਟਰੋਲੀਅਮ ਪਦਾਰਥਾਂ ਤੇ ਲਗਾਏ ਬੇਤਹਾਸ਼ਾ ਟੈਕਸਾਂ ਰਾਹੀਂ ਸਰਕਾਰ ਨੂੰ ਮਿਲਣ ਵਾਲੇ ਮਾਲੀਏ ਤੇ ਉਸ ਦੀ ਨਿਰਭਰਤਾ ਦਾ ਹੈ ਡੈਂਡੀ ਪਹਿਲਾਂ ਜਿੱਥੇ ਸਰਕਾਰ ਬਾਜ਼ਾਰ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਲਈ ਜ਼ਿੰਮੇਵਾਰ ਦੱਸਦੀ ਸੀ ਉਥੇ ਬਾਅਦ ਵਿੱਚ ਆਪਣੇ ਦੇਸ਼ ਵਿੱਚ ਅਪਰਤੱਖ ਟੈਕਸਾ ਸੁਧਾਰਾਂ ਦੀ ਪ੍ਰਤੀਕ ਜੀਐਸਟੀ ਵਿਵਸਥਾ ਵਿੱਚੋਂ ਪੈਟਰੋਲੀਅਮ ਪਦਾਰਥਾਂ ਨੂੰ ਬਾਅਰ ਰੱਖ ਕੇ ਉਸ ਵੱਲੋਂ ਦੇਸ਼ ਵਿੱਚ ਟੈਕਸਾ ਸੁਧਾਰਾਂ ਦੇ ਏਜੰਡੇ ਦੇ ਸਾਹਮਣੇ ਖੁਦ ਹੀ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਗਿਆ ਡੰਡੀ ਇਹ ਹੀ ਵਜ੍ਹਾ ਹੈ ਕਿ ਸਮੁੱਚੇ ਦੱਖਣ ਏਸ਼ੀਆਈ ਖੇਤੇ ਵਿੱਚ ਭਾਰਤ ਇਕੱਲਾ ਅਜਿਹਾ ਦੇਸ਼ ਹੈ ਜਿੱਥੇ ਤੁਲਨਾਤਮਿਕ ਰੂਪ ਨਾਲ ਮਜ਼ਬੂਤ ਮੁਦਰਾ ਅਤੇ ਕੰਟਰੋਲਡ ਮੁਦਰਾ ਸਫੀਤੀ ਦੇ ਬਾਅਦ ਯੁੱਧਾ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਸਭ ਤੋਂ ਵਧੇਰੇ ਹਨ ਡੈਂਡੀ ਇਹ ਠੀਕ ਹੈ ਕਿ ਕੋਵਿਡ ਮਹਾਮਾਰੀ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਪੁੱਜੀ ਠੇਸ ਦੌਰਾਨ ਸਰਕਾਰ ਕੋਲ ਮਾਲੀਆ ਇਕੱਠਾ ਕਰਨ ਦਾ ਇੱਕੋ ਰਸਤਾ ਪੈਟਰੋਲੀਅਮ ਪਦਾਰਥਾਂ ਹੀ ਸਨ ਡੈਂਡੀ ਹੁਣ ਤੱਕ ਭਾਰਤ ਵਿੱਚੋਂ ਤਾਲਾਬੰਦੀ ਖਤਮ ਹੋਈ ਨੂੰ ਵੀ ਕਾਫੀ ਸਮਾਂ ਹੋ ਚੁੱਕਾ ਹੈ ਅਤੇ ਅਰਥ ਵਿਵਸਥਾ ਦੇ ਪੈਰਾਂ ਸਿਰ ਖੜੇ ਹੋਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਫਿਰ ਵੀ ਕੇਂਦਰ ਅਤੇ ਰਾਜ ਸਰਕਾਰਾਂ ਪੈਟਰੋਲੀਅਮ ਪਦਾਰਥਾਂ ਤੇ ਟੈਕਸ ਵਿੱਚ ਕਟੌਤੀ ਕਰਨ ਨੂੰ ਤਿਆਰ ਨਹੀਂ ਹਨ ਡੈਂਡੀ ਆਗਾਮੀ ਵਿੱਤੀ ਬਰੇ ਸਾਲ 2021-22 ਵਿੱਚ ਵੀ ਸਰਕਾਰਾਂ ਵੱਲੋਂ ਕਰੀਬ 2 ਲੱਖ ਕਰੋੜ ਰੁਪਏ ਦੀ ਵਧੇਰੇ ਕਮਾਈ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਡੈਂਡੀ ਕਹਿਣ ਦੀ ਲੋੜ ਨਹੀਂ ਹੈ ਕਿ ਅੱਜ ਦੀ ਤਰੀਕ ਵਿੱਚ ਅਸੀਂ ਪੈਟਰੋਲ ਅਤੇ ਡੀਜ਼ਲ ਦੀਆਂ ਜੋ ਕੀਮਤਾਂ ਅਦਾ ਕਰਦੇ ਹਾਂ ਉਸ ਦਾ 36% ਦੀ ਕੇਂਦਰ ਸਰਕਾਰ ਟੈਕਸ ਦੇ ਰੂਪ ਵਿੱਚ 23 ਫੀਸਦੀ ਰਾਜ ਸਰਕਾਰਾਂ ਟੈਕਸ ਦੇ ਰੂਪ ਵਿੱਚ ਕਰੀਬ 3 ਫੀਸਦੀ ਹਿੱਸਾ ਡੀਲਰਾਂ ਦੇ ਕਮਿਸ਼ਨ ਦੇ ਰੂਪ ਵਿੱਚ ਜਾਂਦਾ ਹੈ ਡੈਂਡੀ ਇਸ ਵਾਰ ਦੇ ਬਜਟ ਵਿੱਚ ਸਰਕਾਰ ਨੇ ਪੈਟਰੋਲੀਅਮ ਟੈਕਸਾਂ ਵਿੱਚ ਖੇਤੀਬਾੜੀ ਠੋਸ ਕੇ ਕਰੀਬ 50 ਹਜ਼ਾਰ ਕਰੋੜ ਦੀ ਉਗਰਾਹੀ ਦੀ ਵਿਵਸਥਾ ਕਰ ਲਈ ਹੈ ਡੰਡੀ ਸਰਕਾਰਾਂ ਅਜੇ ਵੀ ਪੈਟਰੋਲੀਅਮ ਪਦਾਰਥਾਂ ਨੂੰ ਸਿਰਫ ਮਾਲੀਆ ਇਕੱਠਾ ਕਰਨ ਦਾ ਸਾਧਨ ਹੀ ਮੰਨਦੀਆਂ ਹਨ ਜਦੋਂ ਕਿ ਇਹਨਾਂ ਨੂੰ ਮਹਿੰਗਾਈ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੇ ਕਾਰਕ ਮੰਨਿਆ ਜਾਂਦਾ ਹੈ ਡੰਡੀ ਹੁਣ ਤਾਂ ਲੋਕਾਂ ਦਾ ਰੋਸ ਵੀ ਦਿਖਾਈ ਦੇਣ ਲੱਗ ਪਿਆ ਹੈ ਡੰਡੀ ਸਟਾਰ ਲੇਕਨ ਵੇਖਣ ਵਾਲੀ ਗੱਲ ਇਹ ਹੈ ਕਿ 2011 ਵਿੱਚ ਬਰਤਾਨੀਆ ਵਿੱਚ 27300 ਬਰਤਾਨੀਆ ਵਾਸੀਆਂ ਨੇ ਖੁਦ ਦੀ ਮੁੱਖ ਬੋਲੀ ਪੰਜਾਬੀ ਲਿਖਵਾਈ ਜਿਸ ਵਿੱਚੋਂ 27100 ਇੰਗਲੈਂਡ 23060 ਸਕਾਟਲੈਂਡ ਅਤੇ 1600 ਵੇਲਜ਼ ਅਤੇ ਬਹੁਤ ਥੋੜੀ ਗਿਣਤੀ ਵਿੱਚ ਨਾਰਦਨ ਆਇਰਲੈਂਡ ਦੇ ਵਸਨੀਕਾਂ ਨੇ ਖੁਦ ਨੂੰ ਪੰਜਾਬੀ ਹੋਣ ਦਾ ਮਾਣ ਦਿੱਤਾ ਸੀ ਡੈਂਡੀ ਜਦਕਿ ਉਸ ਸਮੇਂ ਇਕੱਲੇ ਸਿੱਖਾਂ ਦੀ ਗਿਣਤੀ ਹੀ 5 ਲੱਖ ਦੇ ਕਰੀਬ ਸੀ ਜਦਕਿ ਪੰਜਾਬੀ Hindu ਇਸਾਈਆਂ ਤੋਂ ਇਲਾਵਾ ਲੈੰਦੇ ਪੰਜਾਬ ਤੋਂ ਆਈ ਪੰਜਾਬੀ ਮੁਸਲਿਮ ਲੋਕਾਂ ਦੀ ਵੱਡੀ ਵਸੋਂ ਵੀ ਸੀ ਡੰਡੀ ਜਿਸ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਫਾਰਮ ਭਰਨ ਮੌਕੇ ਮੁੱਖ ਬੋਲੀ ਵਾਲੇ ਖਾਣੇ ਵਿੱਚ ਪੰਜਾਬੀ ਬੋਲੀ ਨੂੰ ਤਰਜੀਹ ਨਹੀਂ ਦਿੱਤੀ ਡੰਡੀ ਉਸ ਸਮੇਂ ਪੰਜਾਬੀ ਦੂਜੇ ਤੋਂ ਤੀਜੇ ਸਥਾਨ ਤੇ ਆ ਗਈ ਡੰਡੀ ਜਿਸ ਕਰਕੇ ਹੁਣ ਦੁਬਾਰਾ ਪੰਜਾਬੀ ਬੋਲੀ ਨੂੰ ਬਰਤਾਨੀਆਂ ਦੀ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਬਣਾਉਣ ਲਈ ਮੁਹੰਮਾ ਅਰੰਭੀ ਹੋਈ ਹੈ ਡੰਡੀ ਜੈਸ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਖਾਨਾ ਨੰਬਰ 18 ਦੇ ਅਦਰ ਖਾਨੇ ਵਿੱਚ ਟੈਕਾ ਕਰਕੇ ਹੇਠ ਪੰਜਾਬੀ ਲਿਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਟੈਂਡੀ ਪੰਜਾਬੀ ਬੋਲੀ ਲਈ ਪੰਜਾਬੀ ਮੂਲ ਦੇ ਸਾਂਸਦਾਂ ਵੱਲੋਂ ਵੀ ਪੂਰੀ ਹਮਾਇਤ ਕੀਤੀ ਗਈ ਹੈ ਐਮਪੀ ਵਰਿੰਦਰ ਸ਼ਰਮਾ ਐਮਪੀ ਤਨਮਨਜੀਤ ਸਿੰਘ ਦੇਸੀ ਅਤੇ ਐਮਪੀ ਪ੍ਰੀਤਕੌਰ ਗਿੱਲ ਵੱਲੋਂ ਲੋਕਾਂ ਨੂੰ ਮਰਦਮਸ਼ੁਮਾਰੀ ਦੇ ਫਾਰਮਾਂ ਤੇ ਆਪਣੀ ਮੱਖ ਬੋਲੀ ਪੰਜਾਬੀ ਭਰਨ ਲਈ ਕਿਹਾ ਜਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਖੁਦ ਵੀ ਅਜਿਹਾ ਹੀ ਕਰਨਗੇ ਡੈਂਡੀ ਮਰਦਮਸ਼ੁਮਾਰੀ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਦਾ ਸਿੱਧਾ ਸਬੰਧ ਆਮ ਲੋਕਾਂ ਨਾਲ ਜੁੜਿਆ ਹੁੰਦਾ ਹੈ ਇਸ ਗਿਣਤੀ ਦੇ ਹਿਸਾਬ ਨਾਲ ਹੀ ਸਰਕਾਰਾਂ ਲੋਕਾਂ ਦੀਆਂ ਲੋੜਾਂ ਨੂੰ ਸਮਝਨ ਅਤੇ ਲੋੜਾਂ ਨੂੰ ਪੂਰਾ ਕਰਨ ਲਈ ਨੀਤੀਆਂ ਬਣਾਉਂਦੀਆਂ ਹਨ ਡੰਡੀ ਇਹਨਾਂ ਫਾਰਮਾਂ ਦੇ ਖਾਨਾ ਨੰਬਰ 16 ਵਿੱਚ ਧਰਮ ਬਾਰੇ ਪੁੱਛਿਆ ਗਿਆ ਪਰ ਇਸ ਖਾਨੇ ਨੂੰ ਭਰਨਾ ਲਾਜ਼ਮੀ ਨਹੀਂ ਹੈ ਵਿਅਕਤੀ ਦੀ ਖੁਦ ਦੀ ਮਰਜ਼ੀ ਹੈ ਕਿ ਉਹ ਦੱਸਣਾ ਚਾਹੁੰਦਾ ਹੈ ਜਾਂ ਨਹੀਂ ਡੈਂਡੀ ਪਰ ਐਸਾ ਖਾਨੇ ਦੇ ਜਵਾਬ ਵਿੱਚ ਸਭ ਤੋਂ ਪਹਿਲਾਂ ਕੋਈ ਧਰਮ ਨਹੀਂ ਫਿਰ ਇਸਾਈ ਕ੍ਰਿਸਚੀਅਨ ਬੋਧੀ Hindu ਯਹੂਦੀ ਮੁਸਲਿਮ ਸੈਖ ਅਤੇ ਹੋਰ ਧਰਮ ਕ੍ਰਮਵਾਰ ਲਿਖੇ ਹੋਏ ਹਨ ਡੈਂਡੀ ਜਿਸ ਵਿੱਚ ਸਿੱਖਾਂ ਨੂੰ ਸਿੱਖ ਧਰਮ ਅੱਗੇ ਸਹੀ ਦਾ ਨਿਸ਼ਾਨ ਲਗਾਉਣ ਲਈ ਸਿੱਖ ਸੰਸਥਾਵਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਡੈਂਡੀ ਲੇਕਨ ਇਸ ਫਾਰਮ ਦਾ ਸਭ ਤੋਂ ਵੱਡਾ ਜਦੋਂ ਜੈਦ ਅਤੇ ਵਿਵਾਦ ਵਾਲਾ ਖਾਨਾ 15 ਹੈ ਜਿਸ ਵਿੱਚ ਸਿੱਖਾਂ ਨੂੰ ਇੱਕ ਐਥਨਿਕ ਗਰੁੱਪ ਨਸਲ ਵਜੋਂ ਦਰਸਾਉਣ ਲਈ ਪਿਛਲੇ ਦਨ ਦਹਾਕਿਆਂ ਤੋਂ ਯਤਨ ਕੀਤੇ ਜਾ ਰਹੇ ਹਨ ਕਾਨੂੰਨੀ ਲੜਾਈਆਂ ਲੜੀਆਂ ਗਈਆਂ ਹਨ ਡੰਡੀ ਲੇਕਿਨ ਅਜੇ ਤੱਕ ਸਿੱਖਾਂ ਨੂੰ ਸਫਲਤਾ ਨਹੀਂ ਮਿਲੀ ਡੰਡੀ ਫਿਰ ਸਿਰਫ ਸਕਾਟਿਸ਼ ਸਰਕਾਰ ਵੱਲੋਂ ਇਸ ਖਾਨੇ ਦੇ ਅਖੀਰ ਵਿੱਚ ਆਦਰ ਐਥਨਿਕਾ ਖਾਨੇ ਵਿੱਚ ਅਰਬ ਤੋਂ ਅੱਗੇ ਹੋਰ ਐਥਨਿਕ ਗਰੁੱਪ ਵਿੱਚ ਉਦਾਹਰਨ ਦੇ ਤੌਰ ਤੇ ਸੈਖਾ ਲਿਖਣ ਲਈ ਸਹਿਮਤੀ ਦਿੱਤੀ ਗਈ ਹੈ ਡੈਂਡੀ ਸਟਾਰ ਪਾਰਾ ਕਰੋਨਾ ਕਾਰਨ ਸਕਾਟਲੈਂਡ ਵਿੱਚ ਮਰਦਮਸ਼ਮਾਰੀ ਨੂੰ ਮੌਲਤਵੀ ਕਰ ਦਿੱਤਾ ਗਿਆ ਅਤੇ ਸਕਾਟਿਸ਼ ਜਨਸੰਖਿਆ ਫਾਰਮ ਜਨਤਕ ਨਹੀਂ ਹੋ ਸਕਿਆ ਟੈਂਡੀ ਸਿੱਖਾਂ ਦੀ ਵੱਖਰੀ ਗਿਣਤੀ ਹਰ ਸਿੱਖ ਚਾਹੁੰਦਾ ਹੈ ਜਿਸ ਦੇ ਕਈ ਕਾਰਨ ਹਨ ਪਰ ਮੁੱਖ ਤੌਰ ਤੇ ਪੰਜ ਕਕਾਰਾਂ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਹਨ ਟੈਂਡੀ ਦਸਤਾਰ ਨੂੰ ਲੈ ਕੇ ਕਈ ਵਾਰ ਮੁਸ਼ਕਲਾਂ ਖੜੀਆਂ ਹੋਈਆਂ ਹਨ ਟੈਂਡੀ ਕਰਪਾਨਤੇ ਕੜੇ ਦੇ ਕਈ ਕੇਸ ਸਾਹਮਣੇ ਆਏ ਹਨ ਡੰਡੀ ਇੱਥੇ ਹੀ ਬਸ ਨਹੀਂ 2001 ਵਿੱਚ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਤੇ ਹੋਏ ਹਮਲੇ ਤੋਂ ਬਾਅਦ ਸਿੱਖਾਂ ਨੂੰ ਮੁ슬ਿਮਾ ਸਮਝ ਕੇ ਹਮਲੇ ਹੋਏ ਜਿਸ ਤੋਂ ਬਾਅਦ ਸਿੱਖ ਪਹਿਚਾਣ ਨੂੰ ਲੈ ਕੇ ਚੇਤਨਾ ਮੁਹਿੰਮਾਂ ਸ਼ੁਰੂ ਹੋਈਆਂ ਡੰਡੀ ਨੈਟਵਰਕ ਆਫ ਸਿੱਖ ਆਰਗੇਨਾਈਜੇਸ਼ਨ ਅਨੁਸਾਰ ਦੁਨੀਆ ਤੇ ਬਹੁਤ ਸਾਰੇ ਨਸਲੀ ਗਰੁੱਪ ਹਨ ਪਰ ਮੁੱਖ ਧਰਮ ਸਿਰਫ 6 ਹਨ ਜਿਨ੍ਹਾਂ ਵਿੱਚ ਸਿੱਖ ਧਰਮ ਵੀ ਸ਼ਾਮਲ ਹੈ ਅਤੇ ਇੱਕ ਧਰਮ ਵਿੱਚ ਕਈ ਨਸਲੀ ਗਰੁੱਪ ਆ ਸਕਦੇ ਹਨ ਡੰਡੀ ਜੈਸ ਲਈ ਉਹ 15 ਨੰਬਰ ਖਾਨੇ ਦੇ ਤੀਜੇ ਭਾਗ ਨੰਬਰ ਸੀ ਵਿੱਚ ਹੀਠਾਂ ਪੰਜਾਬੀ ਲੇਖਣ ਲਈ ਕਹਿ ਰਹੇ ਹਨ ਪਰ ਸਿੱਖ ਫੈਡਰੇਸ਼ਨ ਬਰਤਾਨੀਆਂ ਅਤੇ ਹੋਰ ਸਿੱਖ ਸੰਸਥਾਵਾਂ ਦਾ ਇਹ ਮੰਨਣਾ ਹੈ ਕਿ ਸਿੱਖਾਂ ਦੀ ਇੱਕ ਨਸਲੀ ਗਰੁੱਪ ਵਜੋਂ ਹੀ ਗਿਣਤੀ ਹੋਵੇ ਕਿਉਂਕਿ ਸਿੱਖਾਂ ਵੱਖਰੀ ਕੌਮ ਹਨ ਵੱਖਰੀ ਨਸਲ ਹਨ ਪੰਜਾਬੀ ਲੇਖਣ ਨਾਲ ਇਹ ਮਸਲਾ ਹੋਰ ਵੀ ਗੁੰਝਲਦਾਰ ਹੋ ਜਾਵੇਗਾ ਕਿਉਂਕਿ ਪੰਜਾਬੀ Hindu ਪੰਜਾਬੀ Muslim ਪੰਜਾਬੀ ईसाई ਆਦਿ ਧਰਮਾਂ ਦੇ ਲੋਕ ਵੀ ਹਨ ਲੇਕਿਨ ਉਹਨਾਂ ਦੀਆਂ ਮੁਸ਼ਕਲਾਂ ਤੇ ਲੋੜਾਂ ਸਿੱਖਾਂ ਨਾਲੋਂ ਵਾਖ ਹਨ ਡੈਂਡੀ ਨੀਤੀ ਕਾੜਿਆਂ ਨੂੰ ਇਸ ਵੱਖਰੇਵੇਂ ਨੂੰ ਆਧਾਰ ਬਣਾ ਕੇ ਨੀਤੀਆਂ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਡੈਂਡੀ ਪਰ ਜੇ ਸਿੱਖਾਂ ਦੀ ਇੱਕ ਵੱਖਰੀ ਕੌਮ ਅਤੇ ਵੱਖਰੀ ਨਸਲ ਵਜੋਂ ਗਿਣਤੀ ਲਾਜ਼ਮੀ ਤੌਰ ਤੇ ਨਸਲੀ ਖਾਨੇ ਵਿੱਚ ਕੀਤੀ ਜਾਂਦੀ ਹੈ ਤਾਂ ਦੁਨੀਆ ਦੇ ਹਰ ਖੇਤੇ ਚੋਂ ਆਈ ਸੇਖਾਂ ਦੀ ਸਮੱਸਿਆ ਦਾ ਹੱਲ ਸੌਖਾ ਨਿਕਲਦਾ ਹੈ ਡੈਂਡੀ ਆਂਕੜਾ ਸੰਗ੍ਰਹਿ ਵਿਭਾਗ ਵੱਲੋਂ ਲੋਕਾਂ ਦੇ ਘਰਾਂ ਵਿੱਚ ਜਨਸੰਖਿਆ ਜਾਗਰੂਕਾ ਕਾਰਡ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ ਪਰ 21 ਮਾਰਚ 2021 ਜਾਂ ਇਸ ਤੋਂ ਪਹਿਲਾਂ ਜਨਸੰਖਿਆ ਕਰਨ ਲਈ ਆਨਲਾਈਨ ਫਾਰਮ ਪਰਨ ਲਈ ਲੋੜੀਂਦੀ ਜਾਣਕਾਰੀ ਮਾਰਚ ਦੇ ਪਹਿਲੇ ਹਫਤੇ ਘਰਾਂ ਵਿੱਚ ਭੇਜੀ ਜਾਵੇਗੀ ਡੰਡੀ ਜਿਸ ਵਿੱਚ ਹਰ ਪਰਿਵਾਰ ਨੂੰ ਲਾਗ ਇਨ ਕਰਨ ਲਈ ਬਕਾਇਦਾ ਕੋਡ ਜਾਰੀ ਕੀਤਾ ਜਾਵੇਗਾ ਡੰਡੀ ਜੇ ਕੋਈ ਇਹ ਫਾਰਮ ਲਿਖਤੀ ਰੂਪ ਵਿੱਚ ਭਰਨਾ ਚਾਹੇ ਤਾਂ ਉਹ ਵਿਭਾਗ ਤੋਂ ਫੋਨ ਕਰਕੇ ਡਾਕ ਰਾਹੀਂ ਵੀ ਮੰਗਵਾ ਸਕਦਾ ਹੈ ਡੈਂਡੀ ਵਿਭਾਗ ਵੱਲੋਂ ਗਲਤ ਜਾਣਕਾਰੀ ਦੇਣ ਵਾਲੇ ਅਤੇ ਮਰਦਮਸ਼ੁਮਾਰੀ ਪੂਰੀ ਨਾ ਕਰਨ ਵਾਲੇ ਨੂੰ 1000 ਪੌਂਡ ਜੁਰਮਾਨਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਡੈਂਡੀ ਇਹ ਅੰਕੜਾ ਵਿਭਾਗ ਵੱਲੋਂ ਅੰਗਰੇਜ਼ੀ ਤੋਂ ਇਲਾਵਾ ਪੰਜਾਬ ਭਾਸ਼ਾਵਾਂ ਵਿੱਚ ਜਨਸੰਖਿਆ ਸੰਬੰਧੀ ਵਿਸ਼ੇਸ਼ ਜਾਣਕਾਰੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਪੰਜਾਬੀ ਹਿੰਦੀ ਉਰਦੂ ਗੁਜਰਾਤੀ 네ਪਾਲੀ ਬੰਗਾਲੀ ਜਪਾਨੀ ਪਸ਼ਤੋ ਫਾਰਸੀ ਅਤੇ ਹੋਰ ਯੂਰਪੀਅਨ ਭਾਸ਼ਾਵਾਂ ਵੀ ਸ਼ਾਮਲ ਹਨ ਮਦਦ ਲਈ ਵੱਖ-ਵੱਖ ਭਾਸ਼ਾਵਾਂ ਵਿੱਚ ਫੋਨ ਲਾਈਨਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ ਡੰਡੀ ਸਟਾਰ ਇਸ ਪਰਿਵਾਰ ਦਾ ਜਲਵਾ ਹਮੇਸ਼ਾ ਬਣਿਆ ਰਿਹਾ ਹੈ ਡੈਂਡੀ ਇੱਕ ਪੁਰਾਣੀ ਵੱਡੀ ਅਤੇ ਕੌਮੀ ਪਾਰਟੀ ਐਸ ਦੇ ਪ੍ਰਭਾਵ ਤੋਂ ਮੁਕਤਾ ਨਹੀਂ ਹੋ ਸਕੀ ਡੈਂਡੀ ਪਿਛਲੇ ਸਾਲ ਅਗਸਤ ਵਿੱਚ 23 ਆਗੂਆਂ ਦੀ ਚਿੱਠੀ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ ਟੈਂਡੀ ਉਸ ਵਿੱਚ ਵੀ ਸੰਗਠਨਾਤਮਕ ਚੋਣਾਂ ਕਰਵਾਉਣ ਅਤੇ ਵੱਡੇ ਅਹੁਦਿਆਂ ਤੇ ਨਿਯੁਕਤੀ ਦੀ ਗੱਲ ਚੱਲੀ ਸੀ ਟੈਂਡੀ ਕੁਝ ਤਲਖ ਕਲਾਮੀ ਅਤੇ ਵਿਰੋਧ ਦੇ ਬਾਅਦ ਇਸ ਸਾਲ ਮਈ ਵਿੱਚ ਸੰਗਠਨ ਦੀਆਂ ਚੋਣਾਂ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪਰ ਬਾਅਦ ਵਿੱਚ ਇਹ ਚੋਣਾ ਜੂਨ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਪਹਿਲਾਂ ਹੋ ਸਕਣ ਡਾਂਡੀ ਹੁਣ ਇਨ੍ਹਾਂ ਰਾਜਾਂ ਦੀਆਂ ਚੋਣਾਂ ਦਾ ਐਲਾਨ ਵੀ ਹੋ ਚੁੱਕਾ ਹੈ ਡਾਂਡੀ ਨਤੀਜਿਆਂ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਬਦਲਾ ਲਈ ਰਸਤਾ ਸਾਫ ਹੋਣਾ ਸ਼ੁਰੂ ਹੋ ਜਾਵੇਗਾ ਪਰ ਜੈਸ ਤਰ੍ਹਾਂ ਦੇ ਦਰਜਨ ਦੇ ਕਰੀਬ ਵੱਡੇ ਆਗੂ ਹੁਣ ਖੁੱਲ ਕੇ ਸਾਹਮਣੇ ਆਉਣ ਲੱਗੇ ਹਨ ਜੈਸ ਤਰ੍ਹਾਂ ਦਾ ਆਲੋਚਨਾਤਮਕ ਰਵਈਆ ਉਹਨਾਂ ਨੇ ਅਪਣਾਇਆ ਹੈ ਉਸ ਤੋਂ ਲੱਗਦਾ ਹੈ ਕਿ ਆਉਂਦੇ ਸਮੇਂ ਵਿੱਚ ਰਾਹੁਲ ਗਾਂਧੀ ਜਾਂ ਇਸ ਪਰਿਵਾਰ ਚੋਂ ਕਿసే ਹੋਰ ਵੱਡੇ ਆਗੂ ਦਾ ਪਾਰਟੀ ਵਿੱਚ ਉੱਭਰਨਾ ਮੁਸ਼ਕਲ ਹੋ ਜਾਵੇਗਾ ਡੰਡੀ ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਕਾਂਗਰਸ ਵੱਲੋਂ ਉਸ ਨੂੰ ਮੌੜ ਰਾਜ ਸਭਾ ਲਈ ਨਾਮਜ਼ਦ ਨਹੀਂ ਕੀਤਾ ਗਿਆ ਡੰਡੀ ਆਜ਼ਾਦ ਨੇ ਆਪਣੇ ਹਲਕੇ ਜੰਮੂ ਵਿੱਚ ਸ਼ਾਂਤੀ ਸੰਮੇਲਨ ਦੇ ਨਾਂ ਤੇ ਇਕੱਠ ਕੀਤਾ ਡਾਂਡੀ ਇਸ ਵਿੱਚ ਆਨੰਦ ਸ਼ਰਮਾ ਭੁਪਿੰਦਰ ਸਿੰਘ ਹੁੱਡਾ ਕਪਲ ਸਿੱੱਬਲ ਮਨੀਸ਼ ਤਿਵਾੜੀ ਅਤੇ ਰਾਜ ਬੱਬਰ ਜਹੇ ਚਰਚਿਤ ਆਗੂ ਸ਼ਾਮਲ ਹੋਏ ਡਾਂਡੀ ਇਸ ਸੰਮੇਲਨ ਚੋਂ ਪ੍ਰਤੱਖ ਜਾਂ ਅਪਰਤੱਖ ਰੂਪ ਵਿੱਚ ਬਗਾਵਤੀ ਸੁਰਾਂ ਸੁਣਾਈ ਦਿੱਤੀਆਂ ਹਨ ਡਾਂਡੀ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਆਗੂਆਂ ਨੇ ਪਾਰਟੀ ਲੀਡਰਸ਼ਿਪ ਦੀ ਆਲੋਚਨਾ ਕੀਤੀ ਡੈਂਡੀ ਪਾਰਟੀ ਦੀ ਬਿਹਤਰੀ ਲਈ ਆਪਣੇ ਯਤਨ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਡੈਂਡੀ ਆਉਂਦੇ ਦਿਨਾਂ ਵਿੱਚ ਇਸ ਧੜੇ ਵੱਲੋਂ ਲਗਾਤਾਰ ਸੰਮੇਲਨ ਅਤੇ ਮੀਟਿੰਗਾਂ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ ਡੈਂਡੀ ਜਿੱਥੇ ਪਾਰਟੀ ਅੰਦਰ ਪੈਦਾ ਹੋਈ ਇਹ ਸੰਤੁਸ਼ਟੀ ਪਾਰਟੀ ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਸਕਦੀ ਹੈ ਉਥੇ ਨਹਿਰੂ ਗਾਂਧੀ ਪਰਿਵਾਰ ਦੀ ਇਜ਼ਾਰੇਦਾਰੀ ਲਈ ਵੀ ਇਹ ਇੱਕ ਗੰਭੀਰ ਚੁਣੌਤੀ ਬਣਨ ਦੀ ਸੰਭਾਵਨਾ ਰੱਖਦੀ ਹੈ ਡੈਂਡੀ ਜੇਐਸ ਕੌਮੀ ਪਾਰਟੀ ਵਿੱਚ ਅਜਿਹਾ ਕੁਝ ਹੀ ਚੱਲਦਾ ਰਿਹਾ ਤਾਂ ਇਹ ਪੂਰੀ ਤਰ੍ਹਾਂ ਹਾਸ਼ੀਏ ਤੇ ਆ ਜਾਏਗੀ ਜਿਸ ਨੂੰ ਦੁਬਾਰਾ ਉਠਾ ਸਕਣਾ ਮੁਸ਼ਕਲ ਹੋ ਜਾਏਗਾ ਟੰਡੀ ਪਾਰਟੀ ਨੂੰ ਆਪਣੀ ਮਜ਼ਬੂਤੀ ਲਈ ਅਤੇ ਸੀਨੀਅਰ ਲੀਡਰਾਂ ਅੰਦਰ ਵਧ ਰਹੀ ਸੰਤੁਸ਼ਟੀ ਨੂੰ ਦੂਰ ਕਰਨ ਲਈ ਸਮੇਂ ਸਿਰ ਵੱਡੇ ਕਦਮ اٹھਾਉਣੇ ਪੈਣਗੇ ਡੰਡੀ